community channel that share your views and ideas. And we are MATV. It's your channel of choice. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ ਜਿੱਦਾਂ ਤੁਹਾਨੂੰ ਪਤਾ ਕਿ ਅੱਜ ਫਰਾਈਡੇ ਆ ਤਾਂ ਅੱਜ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਕਾਫੀ ਗਰਮੀ ਹੋਈ ਹੋ ਇੱਥੇ ਜਿੰਨੀ ਬਾਹਰ ਆ ਉਨੀ ਦੁੱਗਣੀ ਅੰਦਰ ਹੋਈ ਹੋ ਕਿਉਂਕਿ ਇੱਥੇ ਬਲਬ ਵੀ ਬੜੇ ਬੜੇ ਆ ਲੈਂਪ ਵੀ ਬੜੇ ਬੜੇ ਆ ਸਰ ਹੁਣ ਮਸੀਂ ਮੈਂ ਘੰਟਾ ਕੱਢਾਂ ਜਿੱਦਾਂ ਵੀ ਹੈਗਾ ਜਿਨ੍ਹਾਂ ਨੇ ਫੋਨ ਕਰਨਾ ਕਰ ਸਕਦੇ ਆ ਨੰਬਰ ਸਕਰੀਨ 'ਤੇ ਆ ਰਿਹਾ ਸਰ ਫੋਨ ਕਰਕੇ ਤੁਸੀਂ ਜੋ ਆਪਣੇ ਸਵਾਲ ਆ ਪੁੱਛ ਸਕਦੇ ਆ ਜਿਨ੍ਹਾਂ ਨੇ ਵੀ ਪੁੱਛਣੇ ਹੈਗੇ ਆ ਇਮੀਗ੍ਰੇਸ਼ਨ ਬਾਰੇ ਹਾਂਜੀ ਉਹ ਵੈਸੇ ਤਾਂ ਸਾਰੇ ਬਾਹਰ ਹੀ ਗਏ ਹੋਣੇ ਆ ਐਵਰੀਬਾਡੀ ਮਸਟ ਬੀ ਆਊਟ ਇਨ ਦਾ ਸਨ ਇੰਨੀ ਗਰਮੀ 'ਚ ਤਾਂ ਕੋਈ ਅੰਦਰ ਕੋਈ ਘੱਟੇ ਹੀ ਬੈਠੂ ਸਾਡੇ ਵਰਗਾ ਹੀ ਪਾਗਲ ਬੈਠੂ ਲੈਟਸ ਹੈਵ ਅ ਲੁੱਕ ਕਿ ਕੀ ਖਬਰਾਂ ਐਤਕੀ ਕੀ ਨਹੀਂ ਕੁਛ ਜ਼ਿਆਦਾ ਨਹੀਂ ਹੋਇਆ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਇੱਕ ਵਕੀਲ ਸਾਹਿਬ ਨੂੰ ਕਿਸੇ ਨੂੰ ਵਿਚਾਰੇ ਨੂੰ ਪੰਗਾ ਪਿਆ ਚਰੱਕਾ ਦਾ ਜੀ 2015 ਦੇ ਵਿੱਚ ਜੀ ਆਈ ਟੀ ਵੀ ਨੇ ਪ੍ਰੋਗਰਾਮ ਕੀਤਾ ਸੀਗਾ ਕਿ ਅਕਸਰ ਜਿਹੜੇ ਰਿਪੋਰਟਰ ਹੁੰਦੇ ਆ ਜੀ ਨਿਊਜ਼ ਚੈਨਲ ਵਾਲੇ ਉਹ ਬੰਦਿਆਂ ਨੂੰ ਭੇਜਦੇ ਹੁੰਦੇ ਆ ਵਕੀਲਾਂ ਕੋਲ ਕੇ ਜੀ ਇਹਨਾਂ ਕੋਲ ਪੁੱਠੀ ਸਿੱਧੀ ਸਲਾਹ ਲੈਣ ਦੀ ਕੋਸ਼ਿਸ਼ ਕਰੋ ਤਾਂ ਫਿਰ ਉਹਨੂੰ ਅਸੀਂ ਰਿਕਾਰਡ ਕਰਕੇ ਉਹਨਾਂ ਦਾ ਟੀ ਵੀ 'ਤੇ ਦਿਖਾਵਾਂਗੇ ਜੋ ਹੈਗਾ ਆ ਸਟਿੰਗ ਓਪਰੇਸ਼ਨ ਕਹਿੰਦੇ ਹੁੰਦੇ ਹੈ ਦੇ ਕਾਲ ਦਿਸ ਸਟਿੰਗ ਓਪਰੇਸ਼ਨ ਸੋ ਇਹਨਾਂ ਨੂੰ ਸਟਿੰਗ ਓਪਰੇਸ਼ਨ ਸੱਦੀਦਾ ਇਹ ਜੀ 2015 ਵਿੱਚ ਕੀਤਾ ਗਿਆ ਕਿਸੇ ਨੇ ਐਂਡ ਲੈਟਸ ਹੈਵ ਅ ਲੁੱਕ 2015 ਦੇ ਵਿੱਚ ਜੀ ਆਈ ਟੀ ਵੀ ਵਾਲਿਆਂ ਨੇ ਇੱਕ ਸਟਿੰਗ ਓਪਰੇਸ਼ਨ ਕੀਤਾ ਸੀ ਇੱਕ ਸਲਿਸਟਰ ਜੀ ਦੋ ਸਲਿਸਟਰ ਜੀ ਹੈਗੇ ਆ ਸੈਯਦ ਮਜ਼ਾਹਰ ਨਕਵੀ ਉਹ ਲੰਡਨ ਵਿੱਚ ਸੀਗੇ ਜੀ ਕਰਦੇ ਇੱਕ ਹੋਰ ਸੀਗੇ ਜ਼ੁਲਫਿਕਰ ਅਲੀ ਦੋਨਾਂ ਨੂੰ ਜੀ ਇਹਨਾਂ ਨੇ ਬੈਨ ਕੀਤਾ ਗਿਆ ਲੋਅ ਸੁਸਾਇਟੀ ਨੇ ਜੀ ਕਿ ਤੁਸੀਂ ਇਹ ਪ੍ਰੈਕਟਿਸ ਨਹੀਂ ਕਰ ਸਕਦੇ ਸੋ ਬੇਸਿਕਲੀ ਉਹ ਤਾਂ ਸੀ ਦ ਬੰਦਾ ਵਾਜ਼ ਐਡਵਾਈਜ਼ਿੰਗ ਦ ਵਕੀਲ ਇੱਕ ਬੰਦਾ ਆਇਆ ਜੀ ਕਿ ਦੋ ਨੰਬਰ ਦਾ ਵਿਆਹ ਕਰ ਲਵਾਂ ਜੀ ਮੈਂ ਉਹ ਵਕੀਲ ਉਹਨੂੰ ਦੱਸਦਾ ਹੋਇਆ ਕਿ ਹਾਂਜੀ ਇੱਦਾਂ ਦੋ ਨੰਬਰ ਦਾ ਵਿਆਹ ਕਰਨਾ ਇੱਦਾਂ ਨਹੀਂ ਹਾਲੇ ਕਿ ਵਕੀਲ ਨੂੰ ਕਹਿਣਾ ਚਾਹੀਦਾ ਸੀ ਦੇਖੋ ਜੀ ਦੋ ਨੰਬਰ ਦਾ ਵਿਆਹ ਨਾ ਕਰੋ ਸੋ ਉਹਦੇ ਵਿੱਚ ਫਸਿਆ ਗਿਆ ਐਂਡ ਪ੍ਰੋਬਲਮਸ ਇੱਕ ਮਿੰਟ ਦੇਖੀਏ ਕੋਈ ਇਹ ਨਾ ਹੋਵੇ ਪਿਛਲੇ ਹਫ਼ਤੇ ਅੰਦਰ ਨਾ ਸੋਰਾ ਆਵਾਜ਼ ਆਉਂਦੀ ਹੈ ਜੀ ਇੱਕ ਕੋਈ ਮੈਨੂੰ ਮੈਸੇਜ ਕਰਕੇ ਦੱਸ ਦਿਓ ਇਫ ਕਮਿੰਗ ਆਨ ਆਵਾਜ਼ ਆਉਂਦੀ ਆ ਅੱਜ ਕੱਲ੍ਹ ਆਈ ਪੰਗਾ ਦੇਖਣਾ ਪੈਂਦਾ ਰਾਈਟ ਸਰ ਉਹ ਜੀ ਸਵਾਲ ਪੁੱਛੀ ਗਿਆ ਬੰਦਾ ਇਹ ਆਂਸਰ ਕਰੀ ਗਿਆ ਜੀ ਕੋਈ ਗੱਲ ਨਹੀਂ ਕਰ ਲਓ ਤੁਸੀਂ ਵਿਆਹ ਆਹ ਪਰੂਫ ਚਾਹੀਦੇ ਇੱਦਾਂ ਚਾਹੀਦੇ ਇੱਦਾਂ ਚਾਹੀਦੇ ਉਹਦਾ ਜੀ ਲਾਤੀ ਖਬਰ 2015 ਦੇ ਵਿੱਚ ਉਹਦੇ ਕਰਕੇ ਜੀ ਫਿਰ ਹੁਣ ਇਹਨੂੰ ਸਟ੍ਰਾਈਕ ਆਫ ਕੀਤਾ ਗਿਆ ਇਹ ਦੋ ਵਕੀਲਾਂ ਨੂੰ ਨਾਲੇ £25,000 ਦਾ ਕੋਸਟ ਵਿੱਚ ਕੀਤਾ ਨਾਲੇ 11 ਨਾਲੇ ਇਹਨੂੰ ਕਿਹਾ ਕਿ ਤੂੰ ਵਕੀਲ ਨਹੀਂ ਬਣ ਸਕਦਾ ਆਹ ਤਾਂ ਜੀ ਹੋ ਗਿਆ ਇਹ ਦੂਜੀ ਗੱਲ ਆ ਜੀ ਕਿ ਪੀਐਮ ਦੀ ਰੇਸ ਵਿੱਚ ਕੀ ਹੋ ਰਿਹਾ ਦੋ ਬੰਦੇ ਰਹਿ ਗਏ ਜੀ ਪੀਐਮ ਦੇ ਰੇਸ ਦੇ ਵਿੱਚ ਇੱਕ ਹੈਗੇ ਆ ਜੈਰਮੀ ਹੰਟ ਇੱਕ ਹੈਗੇ ਆ ਜੀ ਬੋਰਿਸ ਜੌਨਸਨ ਸੋ ਇਹ ਦੋਨਾਂ 'ਚੋਂ ਹੁਣ ਜੋ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਆ ਜੀ ਦੇ ਵਿਲ ਹੈਵ ਟੂ ਵੋਟ ਇਹਨਾਂ ਨੂੰ ਵੋਟ ਕਰਕੇ ਚੁਣਨਾ ਪੈਣਾ ਕਿ ਸਾਡਾ ਪ੍ਰਾਈਮ ਮਿਨਿਸਟਰ ਕੌਣ ਬਣੇਗਾ ਸਾਡੀ ਪਾਰਟੀ ਦਾ ਲੀਡਰ ਕੌਣ ਬਣੇਗਾ ਫਿਲਹਾਲ ਤਾਂ ਜੋ ਇੰਡੀਕੇਸ਼ਨ ਪੋਲਸ ਦਿਖਾਉਂਦੇ ਕਿ ਬੋਰਿਸ ਜੌਨਸਨ ਹੈਡ ਆ ਤਾਂ ਇਸ ਹਫ਼ਤੇ ਇਹਨਾਂ ਨੇ ਆਪਣੇ ਜੋ ਸੀਗੇ ਇਰਾਦੇ ਜੋ ਹੈਗੇ ਆ ਦੱਸੇ ਸਾਰਿਆਂ ਨੂੰ ਕਿ ਸਾਡੀ ਪਾਲਿਸੀਆਂ ਦੇ ਉੱਤੇ ਕੀ ਹੋਊਗਾ ਕੀ ਨਹੀਂ ਇਮੀਗ੍ਰੇਸ਼ਨ ਬਾਰੇ ਪੁੱਛਿਆ ਗਿਆ ਜੀ ਬੋਰਿਸ ਜੌਨਸਨ ਨੂੰ ਔਰ ਅਕਸਰ ਪਿਛਲੇ ਟਾਈਮਾਂ ਵਿੱਚ ਜੀ ਇਹਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਅੱਗੇ ਕਹਿੰਦੇ ਸੀ ਕਿ ਮੈਂ ਐਮਨੈਸਟੀ ਕਰੂੰ ਹੁਣ ਕੀ ਕਰੋਗੇ ਜੇ ਤੁਸੀਂ ਆਏ ਤੁਸੀਂ ਐਮਨੈਸਟੀ ਕਰੋਗੇ ਇਹ ਜੀ ਕਿਹਾ ਕਿ ਮੈਂ ਨਹੀਂ ਐਮਨੈਸਟੀ ਕਰੂੰਗਾ ਜੀ ਕਿ ਫਿਰ ਇਹਨਾਂ ਨੇ ਪੁੱਛਿਆ ਫਿਰ ਤੂੰ ਪਿਛਲੀ ਵਾਰੀ ਕਿਉਂ ਕਿਹਾ ਕਿ ਮੈਂ ਕਰੂੰਗਾ ਉਹ ਫਿਰ ਇਹਨੂੰ ਕਿਹਾ ਕਿ ਜਿੱਦਾਂ ਗੋਲਮੋਲ ਜੀ ਗੱਲ ਕਰ ਗਿਆ ਜੀ ਸਿੱਧਾ ਜਿਹਾ ਹਿਸਾਬ ਆ ਹੁਣ ਕਹੋਗੇ ਕੀ ਕਰੂੰਗਾ ਕਹਿੰਦਾ ਮੀਨ ਪੁਆਇੰਟਸ ਬੇਸ ਸਿਸਟਮ ਲੈ ਕੇ ਆਊਂਗਾ ਮੈਂ ਆਸਟ੍ਰੇਲੀਆ ਦੀ ਸਟਾਈਲ ਨਾਲ ਇੱਥੇ ਤਾਂ ਉਹਨੂੰ ਕਿਹਾ ਕਿ ਪੁਆਇੰਟਸ ਬੇਸ ਸਿਸਟਮ ਤਾਂ ਆਲਰੇਡੀ ਹੈਗੀ ਹੈ ਇੰਗਲੈਂਡ ਕੋਲ ਸਟੂਡੈਂਟ ਵੀਜ਼ੇ ਟੀਅਰ 2 ਵਾਲੇ ਇਹ ਪੁਆਇੰਟਸ ਬੇਸ ਸਿਸਟਮ ਦੇ ਥਰੂ ਹੀ ਆਉਂਦੇ ਆ ਸੋ ਇਹ ਹੈਗੇ ਆ ਆਲਰੇਡੀ ਚਲੋ ਫਿਲਹਾਲ ਕਾਲਰ ਆ ਗਿਆ ਸੰਲੈਸੀ ਫਿਊਜ਼ਨ ਲਾਇਨ ਫਿਰ ਬਾਕੀ ਗੱਲਾਂ ਫਿਰ ਦੱਸਦੇ ਆ ਹੈਲੋ 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 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹਾਂਜੀ ਭਾਜੀ, ਮੈਂ ਨਾ ਪੁੱਛਣਾ ਸੀ, ਮੈਂ ਨਾ ਇੰਗੇਜਮੈਂਟ ਕਰਾਈ ਹੁੰਦੀ ਆ ਇੱਦਾਂ, ਹਾਂ ਤੇ ਮੇਰਾ ਦਸੰਬਰ ਚ ਕਰਨੀ ਮੈਰਿਜ ਇੱਦਾਂ, ਠੀਕ ਆ, ਤੇ ਭਾਜੀ ਵਾਈਫ ਨੂੰ ਟੈਸਟ ਕਿਹੜਾ ਕਰਨਾ ਪੈਣਾ ਪਹਿਲਾਂ ਇੰਗਲਿਸ਼ ਵਾਸਤੇ? A1 ਮੇਰਾ ਵੀ, A1 ਹਾਂਜੀ A1, ਠੀਕ ਆ ਜੀ, ਤੇ ਇਹਦਾ ਗ੍ਰੇਡ ਕੋਡ ਵੀ ਹੁੰਦਾ ਕੋਈ ਕਿ ਨਾਰਮਲ ਕਲਾ A1 ਟੈਸਟ ਦਾ ਪਾਸ ਹੁੰਦਾ ਜੀ, ਪਾਸ ਜਾਂ ਫੇਲ ਹੁੰਦਾ ਇਹਦੇ ਚ? ਅੱਛਾ ਜੀ, A1 ਟੈਸਟ ਵਿੱਚ ਪਾਸ ਜਾਂ ਫੇਲ ਹੁੰਦਾ? ਹਾਂਜੀ, ਠੀਕ ਹੈ ਭਾਜੀ। ਭਾਜੀ ਇੱਕ ਕੁਐਸਚਨ ਮੇਰਾ ਹੋਰ, ਮੈਂ ਨਾ ਜਿੱਦਾਂ ਇੱਥੇ ਆਪਣਾ ਪਾਸਪੋਰਟ ਰੀਨਿਊ ਕਰਾਇਆ ਸੀ ਇੱਥੋਂ ਇੰਡੀਅਨ ਐਮਬੈਸੀ ਤੋਂ, ਹਾਂ, ਤੇ ਉਹਦੇ ਐਡਰੈਸ ਜਿਹੜਾ ਪਿੱਛੇ ਹੁੰਦਾ ਜਿੱਦਾਂ ਆਪਣਾ ਨਾਰਮਲੀ ਸਾਰਿਆਂ ਦਾ ਹੁੰਦਾ ਜਿੱਦਾਂ ਇੰਡੀਆ ਦਾ ਐਡਰੈਸ ਹੁੰਦਾ, ਹਾਂ ਹਾਂ, ਤੇ ਮੈਂ ਰੀਨਿਊ ਕਰਾਇਆ ਤੇ ਮੇਰਾ ਐਡਰੈਸ ਇੱਥੋਂ ਦਾ ਆ ਗਿਆ ਜਿੱਦਾਂ ਇੰਗਲੈਂਡ ਦਾ ਆ ਗਿਆ। ਉਹ ਤਾਂ ਫਿਰ ਹੁਣ ਤੂੰ ਰਹਿਣਾ ਇੰਗਲੈਂਡ 'ਚ ਨਾ, ਫਿਰ ਇੰਗਲੈਂਡ ਦਾ ਹੀ ਲਿਖਦੇ ਹੁੰਦੇ ਆ। ਅੱਛਾ, ਉਹਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਿੱਦਾਂ? ਹੁਣ ਤੂੰ ਪਿੰਡ ਤਾਂ ਰਹਿੰਦਾ ਨਹੀਂ ਵੀਰੇ। ਠੀਕ ਹੈ ਭਾਜੀ, ਹਾਂ, ਜਿੱਥੇ ਉਹ ਰਿਹਾਇਸ਼ ਦਾ ਐਡਰੈਸ ਲਿਖਦੇ ਹੁੰਦੇ ਕਿ ਤੁਸੀਂ ਰਹਿੰਦੇ ਕਿੱਥੇ। ਠੀਕ ਹੈ ਭਾਜੀ, ਹਾਂ ਹਾਂ। ਤੇ ਭਾਜੀ ਇੱਕ ਗੱਲ ਹੋਰ, ਜਿੱਦਾਂ ਮੈਂ ਮੇਰਾ ਜਿੱਦਾਂ ਸੈਲਫ ਇੰਪਲੋਈ ਆ, ਜਿੱਦਾਂ ਮੈਂ ਮੇਰੀ ਪਾਰਟਨਰਸ਼ਿਪ ਦੇ ਵਿੱਚ ਸੈਲਫ ਇੰਪਲੋਈ ਆ, ਹਾਂ, ਤੇ ਸੋਲ ਟ੍ਰੇਡ ਜਿੱਦਾਂ ਮੈਂ ਕਰਦਾ, ਹਾਂ, ਸੋਲ ਟ੍ਰੇਡਰ ਹੈ, ਪਾਰਟਨਰਸ਼ਿਪ ਹੈ, ਤੁਸੀਂ ਪਾਰਟਨਰਸ਼ਿਪ ਹੀ ਹੈ, ਤੁਸੀਂ ਪਾਰਟਨਰਸ਼ਿਪ ਹੀ ਹੈ, ਤੁਸੀਂ ਲਿਮਿਟਿਡ ਕੰਪਨੀ ਤਾਂ ਨਹੀਂ ਬਣਾਈ ਹੋ ਨਾ ਤੁਸੀਂ? ਨਹੀਂ, ਕੰਪਨੀ ਨਹੀਂ ਭਾਜੀ, ਸੋਲ ਟ੍ਰੇਡ ਆ। ਓਕੇ, ਠੀਕ ਹੈ, ਹਾਂ ਹਾਂਜੀ, ਤੇ ਇਹਦੇ 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 ਮੈਂ ਕਰ ਸਕਦਾ ਨਾ ਅਪਲਾਈ ਆਪਣੀ ਇੰਡੀਆ ਦਾ ਆਪਣੀ ਕਰ ਸਕਦਾ? ਸਾਲ ਦਾ ਕਾਗਜ਼ ਦੇਖਣਾ ਤੁਹਾਡੇ ਜੀ। ਹਾਂਜੀ, ਉਹਦੇ ਲਈ ਭਾਜੀ ਆਪਾਂ ਹੁਣ ਜਿਹੜੇ ਟੈਕਸ ਰਿਟਰਨ ਹੁੰਦੀ ਮੇਰੇ 3 ਮਹੀਨੇ ਬਾਅਦ, ਉਹਦੀ ਲੋੜ ਪੈਂਦੀ? ਟੈਕਸ ਰਿਟਰਨ ਮੇਰਾ ਵੀਰ ਬੈਂਕ ਸਟੇਟਮੈਂਟ ਆ, ਬਿਜ਼ਨਸ ਦੀਆਂ ਪਰਸਨ ਦੇ ਕਾਫੀ ਲੰਬੀ ਲਿਸਟ ਆ ਇਹ। ਠੀਕ ਹੈ ਭਾਜੀ, ਹਾਂ ਹਾਂ, ਇਹ ਕਾਫੀ ਰਿਕਾਰਡ ਮੰਗਦੇ ਇਹਦਾ, ਸੈਲਫ ਇੰਪਲੋਇਡ ਦਾ ਹੀ ਪੰਗਾ ਹੁੰਦਾ ਕਿ ਉਹਨਾਂ ਨੇ ਕਾਫੀ ਚੀਜ਼ਾਂ ਮੰਗਣੀਆਂ। ਠੀਕ ਹੈ ਭਾਜੀ, ਜਿੱਦਾਂ ਮੈਨੂੰ 2 ਸਾਲ ਹੋ ਗਏ ਤਕਰੀਬਨ ਕਰਦਾ ਇਹਨਾਂ, ਕਿ ਤੇ ਬਣ ਸਕਦੀ ਗੱਲ ਨਾ? ਹਾਂ, ਇਹ ਤਾਂ ਇਹਦਾ ਇਹੀ ਦੇਖਣਾ ਕਿ ਟੈਕਸ ਕਿੰਨਾ ਭਰਿਆ ਉਹਨਾਂ ਨੇ, ਸਟੇਟਮੈਂਟਾਂ ਕਿੱਦਾਂ, ਉਸ ਹਿਸਾਬ ਨਾਲ ਆ ਕੇ ਦਿਖਾ ਦਿੰਦੇ ਮੈਂ। 3 ਮਹੀਨੇ ਬਾਅਦ ਜਾਂਦਾ ਜਿਹੜਾ ਜਾਂਦਾ ਨਾਰਮਲੀ ਇਹਦਾ, ਹਾਂ ਹਾਂ, ਰਿਟਰਨ ਆ ਜਿਆਦਾ ਦੇਖਣੇ ਆ ਤੁਸੀਂ, ਬੈਟਰ ਹੈ ਕਿ ਆ ਕੇ ਦਿਖਾ ਦਿਓ, ਮੈਂ ਦੇਖ ਕੇ ਦੱਸ ਦਵਾਂਗਾ ਮੇਰਾ ਵੀ ਸਾਰਾ। ਠੀਕ ਹੈ ਭਾਈ, ਠੀਕ ਹੈ, ਮੈਂ ਕਿਸੇ ਦਾ ਆਪਣਾ ਡਾਕੂਮੈਂਟ ਲੈ ਕੇ ਤਾਂ ਬਰਮਿੰਘਮ ਮੈਂ ਆ ਜਾਊਂਗਾ। ਨੋ ਪ੍ਰੋਬਲਮ ਮੇਰਾ। ਹਾਂਜੀ, ਥੈਂਕ ਯੂ ਭਾਈ ਜੀ, ਥੈਂਕ ਯੂ ਵੀਰੇ, ਓਕੇ ਭਾਈ, ਥੈਂਕ ਯੂ। ਸੋ ਹਾਂਜੀ, ਜਿਹੜਾ ਤੁਸੀਂ ਵਿਆਹ ਦੇ ਬੇਸ ਤੇ ਮੰਗਾਉਨੇ ਆ, ਬੇਸ ਤੇ ਜੇ ਤਾਂ ਤੁਸੀਂ ਏਮਪਲੋਇਡ ਹੈਗੇ ਆ, ਆਪਣੀ ਕੰਪਨੀ ਚ ਏਮਪਲੋਇਡ ਨਹੀਂ, ਵੈਸੇ ਕਿਸੇ ਹੋਰ ਕਿਤੇ ਜੌਬ ਕਰਦੇ ਆ, ਫਿਰ ਤਾਂ 6-6 ਮਹੀਨੇ ਦਾ ਚੀਜ਼ਾਂ ਦੇਖਦੇ ਆ। ਜੇ ਤੁਹਾਡੇ ਕੋਲ ਤੁਸੀਂ ਆਪਣੀ ਕੰਪਨੀ ਲਿਮਿਟਿਡ ਕੰਪਨੀ ਡਾਇਰੈਕਟਰ ਆ, ਇਹਨਾਂ ਨੇ ਸਾਲ ਦੀਆਂ ਚੀਜ਼ਾਂ ਦੇਖਣੀਆਂ। ਜੇ ਤੁਸੀਂ ਸੋਲ ਟ੍ਰੇਡਰ ਆ, ਪਾਰਟਨਰ ਆ, ਤਾਂ ਵੀ ਸਾਲ ਦੀਆਂ ਚੀਜ਼ਾਂ ਦੇਖਣੀਆਂ ਇਹਨਾਂ ਨੇ, ਤੇ ਉਹਦੇ ਵਿੱਚ ਕਾਫੀ ਡਾਕੂਮੈਂਟ ਆ ਜਾਂਦੇ, ਤੁਹਾਡੇ ਅਕਾਊਂਟੈਂਟ ਨੂੰ ਕਾਫੀ ਕੰਮ ਕਰਨਾ ਪੈਂਦਾ ਇਸ ਕੇਸਾਂ ਦੇ ਵਿੱਚ। ਸੋ ਇਟਸ ਅ ਮੈਸਿਵ ਲਿਸਟ ਆਫ ਸੈਲਫ ਇੰਪਲੋਇਡ, ਵਿੱਚ ਥੋੜ੍ਹੀ ਜਿਹਾ ਔਖਾ ਹੁੰਦਾ, ਐਂਡ ਇਹਨਾਂ ਨੇ ਦੇਖਣਾ ਕਿ ਤੁਸੀਂ ਟੈਕਸ ਕਿੰਨਾ ਭਰਿਆ ਆ, ਬੈਂਕ ਸਟੇਟਮੈਂਟਾਂ ਮੰਗ ਰਹੇ, ਵੈਰੀ ਸਪੈਸੀਫਿਕ, ਜਿਨ੍ਹਾਂ ਨੇ ਕਾਗਜ਼ ਮੰਗੇ ਆ ਨਾ ਉਹ ਸਾਰੇ ਕਾਗਜ਼ ਮੰਗਦੇ, ਜਿਹੜੇ 10-12 ਜੋ ਹੈਗੇ ਆ, ਇਹ ਨਹੀਂ ਕਿ 6-10 ਚੋਂ 6 ਦੇ ਦਿਓ ਜੀ, ਜਾਂ ਕਿਸ਼ਤਾਂ 'ਚ ਇਹਨਾਂ ਨੂੰ ਦੇ ਦਿਓ ਜੀ, ਜਾਂ 2 ਇਸ ਵੀਕੇ ਫਿਰੋ, ਫਿਰ ਬਹੁਤੀਆਂ ਵੀ ਕਿਸ਼ਤਾਂ 'ਚ ਫਿਰ ਆਊਗੀਆਂ। ਹਾਂ, ਜੇ ਕਹਿੰਦੇ ਵੀ ਵੀਜ਼ਾ ਪੂਰਾ ਚਾਹੀਦਾ ਜੀ ਜਾਂ ਅੱਧਾ ਚਾਹੀਦਾ, ਤੇ ਕਹਿੰਦੇ ਜੀ ਪੂਰੇ 'ਚ ਵੀਜ਼ਾ ਤਾਂ ਪੂਰਾ ਚਾਹੀਦਾ, ਤਾਂ ਫਿਰ ਇੱਦਾਂ ਕਰੋ ਕਾਗਜ਼ ਵੀ ਪੂਰੇ ਚਾਹੀਦੇ ਆ। ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੇ ਕਾਗਜ਼ ਪੂਰੇ ਕਰੋ, ਨਹੀਂ ਤਾਂ ਇਹਨਾਂ ਨੇ ਨਾਂਹ ਕਰ ਦੇਣੀ ਛੋਟੀ ਜਿਹੀ ਗੱਲ 'ਤੇ, ਤਾਂ ਫੀਸ ਲੈਂਦੇ ਰੱਖ, ਅਤੇ ਬਾਅਦ 'ਚ ਅਪੀਲਾਂ ਨੂੰ ਤੁਸੀਂ ਕਹੋ ਜੀ ਅਪੀਲ ਲਾਓ, ਅਪੀਲਾਂ ਨੂੰ ਤਾਂ ਸਾਲ ਲੱਗ ਜਾਂਦਾ, 1.5-1.5 ਸਾਲ, ਲੋਕ ਹਲੇ ਚੱਕ, ਜਿਹੜੇ ਪਿਛਲੇ ਸਾਲ ਰਿਫਿਊਜ਼ ਹੋਏ ਉਹਨਾਂ ਦੇ ਇਸ ਸਾਲ ਅਪੀਲਾਂ ਆਉਣ ਡਈਆਂ ਡੇਟਾਂ, ਕਾਫੀ ਲੰਬਾ ਚੱਕਰ ਪੈ ਜਾਂਦਾ ਇਹਦੇ ਵਿੱਚ। ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਰੇ ਆਪਣੇ ਕਾਗਜ਼ ਸੈੱਟ ਕਰੋ, ਸਹੀ ਕਰੋ, ਔਰ ਇਤਨਾ ਜ਼ਿਆਦਾ ਜ਼ਰੂਰੀ ਇਹ ਆ ਜੀ ਕਿ ਤੁਸੀਂ ਵਿਆਹ ਦੀ ਕਾਹਲੀ ਨਾ ਕਰਿਆ ਕਰੋ ਕਿ ਉੱਥੇ ਜਾ ਕੇ ਵਿਆਹ ਕਰ ਲਵਾਂ, ਜਿੱਦਾਂ ਭਾਈ ਸਾਹਿਬ ਨੇ ਕੀਤੀ ਹੈ, ਕਾਹਲੀ ਨਹੀਂ ਕੀਤੀ, ਦੇਖੋ ਇੰਗੇਜਮੈਂਟ ਕਰਾਏ, ਅਗਰੇਜਮੈਂਟ ਕਰਾ ਕੇ ਆ ਕੇ ਦੇਖੀ ਇਹਨਾਂ ਨੇ ਕਿ ਹਾਂਜੀ ਮੇਰੇ ਕਾਗਜ਼ ਸਹੀ ਹੋ ਗਏ, ਫਿਰ ਜਾ ਕੇ ਵਿਆਹ ਕਰਾਉਣਾ। ਨਹੀਂ ਤਾਂ ਆਮ ਤੌਰ 'ਤੇ ਜੋ ਮੈਂ ਦੇਖਿਆ ਇੱਥੇ ਹੋ ਰਿਹਾ ਕਾਫੀ ਤੌਰ 'ਤੇ, ਕਿ ਜੀ ਲੋਕ ਵਿਆਹ ਕਰਾ ਜਾਂਦੇ ਆ, ਬਾਅਦ 'ਚ ਕਹਿੰਦੇ ਵੀ ਕਾਗਜ਼ ਕਿਹੜੇ ਚਾਹੀਦੇ ਆ, ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਕਾਗਜ਼ ਚਾਹੀਦੇ, ਜੋ ਦੇਖੀ ਦੇ ਜੀ ਕਾਗਜ਼ ਪੂਰੇ ਨਹੀਂ ਹੁੰਦੇ। ਇਸ ਕਰਕੇ ਜੀ ਕਈ ਕੁੜੀਆਂ ਮੁੰਡਿਆਂ ਨੂੰ ਉੱਥੇ 2-2 ਸਾਲ ਹੋ ਗਏ ਬਿਨਾਂ ਅਪਲਾਈ ਕੀਤੇ, ਕਿ ਕਾਗਜ਼ ਨਹੀਂ ਪੂਰੇ ਹੁੰਦੇ, ਫਿਰ ਜੀ ਗੱਲਾਂ ਸੁਣਨੀਆਂ ਪੈਂਦੀਆਂ, ਤੁਹਾਨੂੰ ਪਤਾ ਹੀ ਆ, ਗਏ ਨਹੀਂ ਹੱਲੇ ਤੁਸੀਂ, ਗਏ ਨਹੀਂ, ਉਹ ਫਲਾਨੇ ਸੀ ਜੀ ਤੁਹਾਡੇ ਤੋਂ ਬਾਅਦ ਵਿਆਹ ਹੋ ਗਿਆ, ਉਹ ਤਾਂ ਉੱਥੇ ਜਾ ਕੇ ਚੱਲ ਵੀ ਗਏ, ਤੁਹਾਡੇ ਨੇ ਮੰਗਾਇਆ ਨਹੀਂ, ਫਿਰ ਇੰਡੀਆ ਵਾਲੇ ਤੁਹਾਨੂੰ ਫੋਨ ਕਰਦੇ 10 ਵਾਰੀ ਦਿਹਾੜੀ ਦੇ, ਪੇਪਰ ਭੇਜੋ, ਪੇਪਰ ਭੇਜੋ, ਪੇਪਰ ਭੇਜੋ, ਔਰ ਇੱਥੇ ਦੇ ਚਲੋ ਨਿਆਣੇ ਨਹੀਂ ਬਹੁਤ ਜ਼ਿਆਦਾ ਕਰਦੇ, ਮਾਪੇ ਦਾ ਮੂੰਹ ਦੇਣਾ ਔਖਾ ਹੋ ਜਾਂਦਾ ਇੰਡੀਆ 'ਚ, ਰਿਸ਼ਤੇਦਾਰਾਂ ਨੂੰ ਕੀ ਦੱਸੋਗੇ ਕਿ ਉੱਥੇ ਤੁਸੀਂ ਬਹਿ ਜਾਓ ਪਕੌੜੇ ਚਾਹ ਖਾਣ ਦਾ, ਕਿਉਂਕਿ ਪੇਪਰ ਕਿਲਣੇ ਆਉਣੇ ਸੀ। ਸੋ ਆਹ ਚੀਜ਼ ਪਹਿਲਾਂ ਆਪਣੀ ਪਹਿਲਾਂ ਪੇਪਰ ਸਾਰੇ ਸੈੱਟ ਕਰਕੇ ਫਿਰ ਵਿਆਹ ਕਰੋ, ਤਾਂ ਵਿਆਹ ਤੋਂ ਬਾਅਦ ਠਾਹ ਕਰਕੇ ਇੱਥੇ ਆ ਕੇ ਫਾਈਲ ਲਾਓ, ਤਾਂ ਠਾਹ ਕਰਕੇ ਵੀਜ਼ਾ ਲੱਗੂਗਾ। ਦੈਟਸ ਦਾ ਪਲਾਨਿੰਗ ਯੂ ਨੀਡ ਟੂ ਡੂ। ਅ ਲੋਟ ਆਫ ਦ ਯੂਜ਼ ਲੋਟ ਸਮ ਕਿਡਸ ਮੈਰਿਜੇਬਲ ਏਜ ਮਾਈਟ ਬੀ ਗੋਇੰਗ ਟੂ ਇੰਡੀਆ ਟੂ ਗੈਟ ਮੈਰਿਡ। It's really important you get your paperwork sorted out first, not get married and then think, oh, well, you know what, might need some papers to do this. So don't fall under any pressure.
get your paperwork sorted first. There's no kali. No one's going to run away. ਤੁਸੀਂ ਆਪਣਾ ਸਾਰੇ ਪੇਪਰ ਜੋ ਹੈਗੇ ਆ ਸਹੀ ਕਰੋ, ਫਿਰ ਜਾ ਕੇ ਵਿਆਹ ਦਾ ਫੈਸਲਾ ਕਰੋ। ਮਾਪੇ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਜੀ, ਜਿਹਨਾਂ ਦੇ ਮਾਪੇ ਇੱਥੇ ਤੁਹਾਨੂੰ ਲੱਗਣੀ ਤਾਂ ਹੁਣ ਕੌੜੀ ਆ ਜੀ, ਕਿ ਇਹ ਨਹੀਂ ਕਿ ਜੀ ਕੁੜੀ ਲੱਭ ਹੀ ਦੱਬ ਦਿਓ, ਵਿਆਹ ਕਰ ਦਿਓ, ਮੁੰਡਾ ਭਾਵੇਂ ਕੰਮ ਨਾ ਕਰਦਾ ਹੋਵੇ, ਉਹ ਫਿਰ ਮੰਗਾਉਣੀ ਹੀ ਨਹੀਂ ਆ, ਤੁਸੀਂ ਤਾਂ ਮੰਗਾਉਣੀ ਨਹੀਂ ਹੈ ਨਾ, ਮੁੰਡੇ ਨੇ ਕੁੜੀ ਨੇ ਮੰਗਾਉਣੀ ਆ ਇੱਥੋਂ। ਉਹ ਜੇ ਕੰਮ ਹੀ ਨਹੀਂ ਕਰਦੇ ਤਾਂ ਵਿਆਹ ਕਰਨ ਦਾ ਤੁਹਾਡਾ ਮਤਲਬ ਕੀ ਆ ਉੱਥੇ, ਫਿਰ ਮੰਗਾਉਂਗੇ ਕਿੱਦਾਂ? ਉਹ ਫਿਰ ਤੁਸੀਂ ਐਕਸਪੈਕਟ ਕਰਦੇ ਨਹੀਂ ਜੀ, ਕੋਈ ਗੱਲ ਨਹੀਂ, ਸਾਲ ਦੋ ਸਾਲ ਬੈਠੀ ਰਹੂਗੀ। ਤੁਹਾਡੀ ਧੀ ਜੀ ਵਿਆਹੀ ਹੁੰਦੀ ਇੰਡੀਆ ਤੋਂ ਇੰਗਲੈਂਡ ਦੇ ਮੁੰਡੇ ਨਾਲ, ਤਾਂ ਉਹ ਦੋ ਸਾਲ ਉਹਨੂੰ ਘਰ ਬੈਠਣਾ ਪੈਂਦਾ ਵਿਆਹ ਤੋਂ ਬਾਅਦ, ਤੁਹਾਨੂੰ ਕਿੱਦਾਂ ਲੱਗੇਗਾ? ਸੋਚਣ ਵਾਲੀ ਗੱਲ ਹੈ ਨਾ, ਸਾਰਿਆਂ ਨੂੰ ਇੱਕੋ ਜਿਹਾ ਫਿਰ ਸਮਝੀਦਾ। ਐਂਡ ਸੇਮ ਥਿੰਗ ਫੋਰ ਦ ਵੁਮੈਨ ਹੂ ਕੈਨ ਗੈਟ ਮੈਰਿਡ ਐਟ ਲੇਟਰ ਟੂ ਦ ਬੋਇਜ਼, ਮੇਕ ਸ਼ੋਰ ਫਸਟ ਦੈਟ ਯੂ ਆਰ ਐਲੀਜੀਬਲ ਟੂ ਅਪਲਾਈ, ਮੇਕ ਸ਼ੋਰ ਯੂ ਆਰ ਅਰਨਿੰਗ ਇਨਾਫ ਔਰ ਯੂ ਹੈਵ ਦ ਸੇਵਿੰਗਸ ਔਰ ਯੂ ਗਾਟ ਅ ਕੰਬੀਨੇਸ਼ਨ ਆਫ ਬੋਥ। ਡੋਨਟ ਜਸਟ ਗੋ ਆਊਟ ਦੇਰ, ਵਿਆਹ ਕਰ ਲਿਆ ਦੱਸ ਚੂੜਾ ਪਾ ਕੇ ਆ ਜਾਓ ਕਿ ਵੇ ਮੇਰਾ ਤਾਂ ਵਿਆਹ ਹੋਇਆ। ਅਗਲੇ ਨੇ ਕਹਿਣਾ ਕਿ ਚੂੜਾ ਤਾਂ ਪਾਇਆ, ਪ੍ਰਾਹੁਣਾ ਕਿੱਥੇ ਆ? ਵਟ ਯੂ ਐਂਡ ਅਪ ਹੈਵਿੰਗ ਇਜ਼ ਅ ਵਟਸਐਪ ਰਿਲੇਸ਼ਨਸ਼ਿਪ। ਉਹ ਇੱਦਾਂ ਹੋ ਜਾਂਦੀ ਫਿਰ ਵਟਸਐਪ 'ਤੇ ਵਿਆਹ ਫਿਰ ਰਹਿ ਜਾਂਦਾ। ਦੇਖੀ ਜਾਓ ਉਹਨਾਂ ਨੂੰ ਰੋਜ਼ ਫੋਨ ਕਰੋ, ਹਾਂ ਕਿੱਦਾਂ, ਠੀਕ ਆ, ਠੀਕ ਆ। ਉਹ ਬੰਦਾ ਗੱਲਾਂ ਵੀ ਨਹੀਂ ਆਉਣੀਆਂ, ਇੱਦਾਂ ਕੰਮ 'ਤੇ ਗਈ ਸੀ ਅੱਜ, ਹਾਂਜੀ ਹੋ ਗਿਆ, ਹਫ਼ਤਾ ਲੱਗੀ ਨੂੰ। ਸੋ ਆਹ ਤੁਸੀਂ ਆਹ ਚੀਜ਼ਾਂ ਅਗਲੇ ਦੇ ਮਨ 'ਚ ਤਾਂ ਜੋ ਸਵਾਲ ਪੁੱਛਣਾ ਹੁੰਦਾ ਤਾਂ ਇਹੀ ਹੈ ਨਾ ਕਿ ਪੇਪਰ ਕਦੋਂ ਭੇਜਣੇ ਆ, ਹੈ ਨਾ। ਸਰ ਆਹ ਚੀਜ਼ ਤਾਂ ਕਰੋ। ਔਰ ਇੰਡੀਆ ਵਾਲਿਆਂ ਤੋਂ ਵੀ ਬੇਨਤੀ ਹੈ ਜੀ ਕਿ ਤੁਸੀਂ ਜੀ ਜਿਹੜੇ ਨੁਕਸ ਕੱਢਦੇ ਬਾਅਦ 'ਚ ਜੀ, ਕਿ ਮੁੰਡਾ ਕੁੜੀ ਜੀ ਉਹਨੇ ਕੋਈ ਫਰੈਂਡ ਰੱਖਿਓ ਸੀ, ਜਾਂ ਜੀ ਉਹਦਾ ਜੀ ਬਿਮਾਰ ਸੀਗੇ, ਜਾਂ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਇਹ ਤੁਸੀਂ ਵਿਆਹ ਤੋਂ ਪਹਿਲਾਂ ਹੀ ਦੇਖ ਲਿਆ ਕਰੋ ਸਾਰਾ ਕੁਛ। ਇਹ ਵੀ ਪਤਾ ਤਾਂ ਤੁਹਾਨੂੰ ਹੁੰਦਾ ਹੀ ਆ ਸਾਰਾ ਕੁਛ, ਪਰ ਤੁਸੀਂ ਲਾਲਚ ਵਿੱਚ ਆ ਕੇ ਫਿਰ ਵਿਆਹ ਕਰ ਲੈਂਦੇ ਹੋ, ਅਤੇ ਬਾਅਦ 'ਚ ਕਹਿੰਦੇ ਧੋਖਾ ਹੋਇਆ ਸਾਡੇ ਨਾਲ। ਅੱਛਾ, ਧੋਖਾ ਹੋਇਆ ਫਿਰ ਵੀ ਤੋਰ ਦਿੰਦੇ ਹਾਂ ਲੜਕੀ ਨੂੰ, ਹੈ ਨਾ, ਜਾਂ ਲੜਕੇ ਨੂੰ, ਫਿਰ ਕਾਹਦਾ ਧੋਖਾ? ਫਿਰ ਤਾਂ ਜਾਣ ਬੁੱਝ ਕੇ ਫਿਰ ਤੁਸੀਂ ਫਸਦੇ ਆ। ਇਹ ਸਾਰੀਆਂ ਚੀਜ਼ਾਂ ਅਵੋਇਡਬਲ ਆ। ਇੱਥੇ ਲੋਕ ਉੱਦਾਂ ਦੇ ਹੀ ਆ ਜਿੱਦਾਂ ਇੰਡੀਆ 'ਚ ਆ, ਇੱਥੇ ਤੁਸੀਂ ਪੁੱਛੋ ਦਸਾਂ ਨੂੰ, ਤੁਹਾਨੂੰ ਦੱਸ ਦੇਣਾ ਜੀ ਕਿ ਆਹ ਚੀਜ਼ ਹੈ, ਆਹ ਚੀਜ਼ ਹੈ। ਸੋ ਪਹਿਲਾਂ ਆਪਣੀ ਤਹਿਕੀਕਾਤ ਕਰੋ, ਇਹ ਨਹੀਂ ਕਿ ਜੀ ਪਾਸਪੋਰਟ ਦੇਖਿਆ ਤਾਂ ਅੰਨੇ ਹੋ ਜਾਓ, ਹਨੇਰੇ ਆ ਜਾਓ, ਤਾਂ ਕਿਸੇ ਨੂੰ ਦੱਸਿਓ ਨਾ, ਚੁੱਪ ਚੁਪੀਤੇ ਕਰ ਲੈਣਾ। ਦੱਸਣਾ ਕਿਉਂ ਨਹੀਂ? ਦੱਸੂਗੇ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਲੱਗੂਗਾ ਚੀਜ਼ਾਂ ਦਾ। ਵੈਸੇ ਤਾਂ ਗਿਣਤੀ ਬਹੁਤ ਘੱਟ ਹੋ ਰਹੀ ਹੈ ਜੋ ਲੋਕ ਇੰਡੀਆ ਵਿਆਹ ਕਰਦੇ, ਖਾਸ ਤੌਰ ਮੁੰਡਿਆਂ ਦੀ। ਬੋਇਜ਼ ਰੀਅਲੀ ਗੋਨ ਡਾਊਨ ਨੰਬਰ। ਉਹਦੀ ਵਜ੍ਹਾ ਇਹ ਹੈ ਜੀ ਕਿਉਂਕਿ ਇੱਥੇ ਆ ਕੇ ਬਹੁਤ ਜ਼ਿਆਦਾ ਕੇਸ ਹੋਏ ਆ, ਲੋਕਾਂ ਨੇ ਡੋਮੈਸਟਿਕ ਵਾਇਲੈਂਸ ਪਾ ਦਿੱਤੀ ਆ ਕੇ ਕੁੜੀਆਂ ਨੇ, ਕਿ ਜੀ ਮੇਰੇ ਨਾਲ ਤਾਂ ਮਾਰਕੁੱਟ ਹੋਈ। ਉਹ ਕਈ ਕੇਸ 'ਚ ਇੱਦਾਂ ਹੋਈ ਹੈ ਕਿ ਉਹ ਹੋਈ ਵੀ ਨਹੀਂ, ਕੁਛ ਵੀ ਨਹੀਂ ਹੋਇਆ, ਬਸ ਬਹਾਨਾ ਭਾਲਦੇ ਆ ਕਿ ਬਾਹਰ ਨਿਕਲੀਏ। ਸੋ ਇਹਦੇ ਕਰਕੇ ਲੋਕ ਇੱਥੋਂ ਗਏ ਡਰ, ਅਤੇ ਹੁਣ ਤਾਂ ਬਹੁਤ ਘੱਟ ਲੋਕ ਜਾ ਰਹੇ ਆ, ਉਹਨੇ ਵਿਆਹ ਵੀ ਨਹੀਂ ਹੋ ਰਹੇ ਆ। ਤੁਸੀਂ ਮੈਰਿਜ ਪੈਲਸ ਵਾਲਿਆਂ ਨੂੰ ਪੁੱਛੋ, ਕੇਟਰਸ ਵਾਲਿਆਂ ਨੂੰ ਪੁੱਛੋ, ਅਤੇ ਸਾਨੂੰ ਪੁੱਛੋ ਜਿਹੜੇ ਵੀਜ਼ੇ ਲਾਉਂਦੇ ਆ, ਕਿ ਬਹੁਤ ਘੱਟ ਗਿਣਤੀ ਹੋ ਰਹੀ ਹੈ ਇਸ ਚੀਜ਼ ਦੇ ਵਿੱਚ। ਔਰ ਜੇ ਐਸ ਭਾ ਰਿਹਾ ਕੰਮ, ਇੱਕ ਦਿਨ ਆ ਜਾਣਾ ਕਿ ਲੋਕਾਂ ਨੇ ਹਟ ਜਾਣਾ ਵਿਆਹ ਕਰਨ ਇੰਡੀਆ, ਕਿ ਇਸ ਚੀਜ਼ ਤੋਂ ਡਰਦੇ ਬਹੁਤ ਆ। ਜੇ ਤੁਸੀਂ ਆ ਸਿਸਟਮ ਬਚਾਉਣਾ ਚਾਹੁੰਦੇ ਆ ਜੀ, ਇਹਦਾ ਅਬਿਊਜ਼ ਨਾ ਕਰੋ, ਡੂ ਨਾਟ ਅਬਿਊਜ਼ ਦਾ ਸਿਸਟਮ, ਵਧੀਆ ਰਹੋਗੇ। ਰਾਈਟ, ਲੈਟਸ ਹੈਵ ਅ ਲੁੱਕ, ਤੁਹਾਡੇ ਮੈਸੇਜਿਸ ਆਏ ਆ ਜਾਂ ਕਿੱਦਾਂ ਆਏ। ਨਰਿੰਦਰ ਕਿਸੀ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਨਾਈਸ ਸ਼ੋ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਐਨੀਥਿੰਗ ਐਲਸ, ਲੈਟਸ ਹੈਵ ਅ ਲੁੱਕ। ਅਨੀਤਾ ਦਾ ਮੈਸੇਜ ਆਇਆ, ਕਹਿੰਦੀ ਪਿੱਛੇ ਪੱਖਾ ਲਾਇਆ, ਲੱਗਦਾ ਥੋੜ੍ਹਾ ਜਿਹਾ ਲਾਇਆ ਪੱਖਾ, ਐਂਡ ਇੱਥੇ ਪਸੀਨਾ ਤਾਂ ਆ ਰਿਹਾ, ਬੁਰਾ ਹਾਲ ਹੋ ਗਿਆ। ਲੈਟਸ ਹੈਵ ਅ ਲੁੱਕ, ਕੋਈ ਹੋਰ ਮੈਸੇਜਿਸ ਤੁਹਾਡੇ ਆਏ ਆ ਜਾਂ ਨਹੀਂ। ਜਿਨ੍ਹਾਂ ਨੇ ਬਰਥਡੇ ਮੈਸੇਜ ਕਰਨੇ, ਹੈਲੋ ਹਾਈ ਕਹਿਣੀ, ਉਹ ਤੁਸੀਂ ਹੁਣੇ ਹੀ ਕਰ ਲਿਓ, 9:47 ਤੋਂ ਬਾਅਦ ਫਿਰ ਮੈਸੇਜ ਦੇਖਣੀ ਹੋਣੇ ਤੁਹਾਡੇ। ਸਤਿ ਸ਼੍ਰੀ ਅਕਾਲ ਭਾਅ ਜੀ, ਨਾਈਸ ਸ਼ੋ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ। Right, anyway, what was we talking about before? As he gal kar rahe si Boris Johnson di, ha, ke kehnda ji main Australia style point system leke aana hai itthe. Point system Australia style jo hega ya, oh ta already itthe hega point system, PBS jinu sadde ya. So enu lokan ne puchhe ke itthe system already hega, tainu pata nahi hai is cheez da? Oh kehnda nahi, main Australia style leke aana, hun eh koi nahi samajh reha ke ji ki Australia style ya, na in kuch zyada ode koi zyada gal kholi ya. ਤਾਂ ਐਮਨੈਸਟੀ ਤਾਂ ਲੱਗਦੀ ਨਹੀਂ ਜੀ ਕਿ ਹੋਊਗੀ, ਐਮਨੈਸਟੀ ਬਾਰੇ ਤਾਂ ਇਹਨਾਂ ਨੇ ਮੁੱਕਰ ਗਿਆ ਜੀ। ਸੋ
ਆ ਚੀਜ਼ ਇਹ ਕਹੀ ਇਹਨਾਂ ਨੇ। ਬਾਕੀ ਇਹਨੇ ਇੱਕ ਚੀਜ਼ ਕਿਹਾ ਸੀਗਾ ਜਿਹੜੇ ਈਯੂ ਵਾਲੇ ਆ ਜੀ ਉਹਨਾਂ ਦਾ ਮੈਂ ਸੋਰਟ ਆਊਟ ਕਰ ਦੂੰਗਾ ਸਿਚੁਏਸ਼ਨ, ਕਿ ਜੇ ਮੈਂ ਆ ਗਿਆ ਐਵੇਂ ਹੱਲੇ ਸਮਾਨ ਪਿਆ ਉਹਦਾ ਮੈਂ ਪਹਿਲੀ ਚੀਜ਼ ਇਹ ਕਰੂੰਗਾ ਕਿ ਇਹਨਾਂ ਦਾ ਸੋਰਟ ਆਊਟ ਕਰ ਦੂੰਗਾ। ਸੋ ਦੈਟਸ ਅ ਗੁੱਡ ਨਿਊਜ਼ ਫੋਰ ਜਿਹੜੇ ਯੂਰਪ ਵਾਲੇ ਹੱਲੇ ਆਇਆ ਹੋਇਆ। ਲੋਕ ਪੁੱਛਦੇ ਭਾਅ ਜੀ ਯੂਰਪ ਵਾਲਿਆਂ ਦਾ ਕੀ ਸਿਚੁਏਸ਼ਨ ਆ, ਦੇਖੋ ਜੀ ਇਸ ਵੇਲੇ ਕੋਈ ਡੀਲ ਨਹੀਂ ਹੋਈ ਆਪਸ ਵਿੱਚ, ਕੋਈ ਡੀਲ ਨਹੀਂ ਹੋਈ ਲਿਖਤੀ। ਸੋ ਕੋਈ ਸਿਚੁਏਸ਼ਨ ਨਹੀਂ ਇਸ ਵੇਲੇ, ਇਸ ਵੇਲੇ ਤਾਂ ਸਿਚੁਏਸ਼ਨ ਇਹੀ ਹੈ ਜੇ ਕੱਲ੍ਹ ਨੂੰ ਬ੍ਰੈਗਜ਼ਿਟ ਹੋ ਜਾਵੇ ਤਾਂ ਕਿਸੇ ਦਾ ਕੋਈ ਹੱਕ ਨਹੀਂ ਕਿੱਥੇ ਇੱਥੇ ਰਹਿਣ ਦਾ, ਸਿਰਫ ਉਹਨਾਂ ਦਾ ਹੱਕ ਹੈ ਜੋ ਕਿ 5 ਸਾਲ ਇੱਥੇ ਰਹਿ ਚੁੱਕੇ ਆ। ਆਹ ਸਥਿਤੀ ਹੈ ਇਸ ਵੇਲੇ। ਗੱਲਾਂ ਦੋਨਾਂ ਪਾਸਿਆਂ ਨੇ ਕੀਤੀਆਂ ਕਿ ਜੀ ਇੱਦਾਂ ਕਰਾਂਗੇ, ਇਹ ਵਾਅਦੇ ਕਰਾਂਗੇ, ਪਰ ਵਾਅਦਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਵਾਅਦਿਆਂ ਦਾ ਮੁੱਲ ਨਹੀਂ ਹੁੰਦਾ। ਮੁੱਲ ਤਾਂ ਪੈਂਦਾ ਜੇ ਕੋਈ ਲਿਖਤੀ 'ਚ ਕਾਨੂੰਨ ਆਵੇ। ਹਾਂ ਇਹਨਾਂ ਨੇ ਸੈਟਲਮੈਂਟ ਪ੍ਰੀ ਸੈਟਲਮੈਂਟ ਸਕੀਮ ਲਾਂਚ ਕੀਤੀ ਹੋਇਆ, ਪਰ ਉਹਦੇ ਵਿੱਚ ਵੀ ਕੋਈ ਜ਼ਿਆਦਾ ਮੁੱਲ ਨਹੀਂ ਹੈਗਾ, ਕਿ ਉਹ ਤਾਂ ਵੈਲਿਡ ਆ ਸਕੀਮ ਜੇ ਇਹਨਾਂ ਦੀ ਆਪਸ ਵਿੱਚ ਡੀਲ ਹੋਵੇ। ਅਤੇ ਇਹਦੇ 'ਚ ਇਸ ਵੇਲੇ ਪ੍ਰੋਬਲਮ ਇਹ ਆ ਕਿ ਬੋਰਿਸ ਨੇ ਕਿਹਾ ਜੀ ਮੈਂ 31 ਨੂੰ ਨਿਕਲਣ ਲਈ ਨਿਕਲਣਾ ਹੈ, ਭਾਵੇਂ ਡੀਲ ਹੋਵੇ ਤਾਂ ਨਾ ਡੀਲ ਹੋਵੇ। ਜੇ ਡੀਲ ਨਹੀਂ ਹੈਗੀ ਜੀ ਫਿਰ ਪੰਗਾ ਪੈਣਾ ਸਾਰਿਆਂ ਨੂੰ, ਫਿਰ ਪ੍ਰੀ ਸੈਟਲਮੈਂਟ ਸੈਟਲਮੈਂਟ ਦਾ ਕੋਈ ਮੁੱਲ ਨਹੀਂ ਹੋਣਾ। ਜਿਹੜੇ ਸੈਟਲਮੈਂਟ ਵਾਲੇ ਆ ਉਹ ਠੀਕ ਹੋਣੇ ਆ, ਜਿਹੜੇ ਪ੍ਰੀ ਸੈਟਲਮੈਂਟ ਵਾਲੇ ਆ ਉਹ ਸਾਰਿਆਂ ਨੇ ਫਸ ਜਾਣਾ। ਜਿਹਨਾਂ ਕੋਲ ਇੰਡੈਫਨਟ ਆ ਉਹ ਠੀਕ ਆ, ਜਿਹਨਾਂ ਨੂੰ 5 ਸਾਲ ਹੋ ਗਏ ਉਹ ਠੀਕ ਆ, ਜਿਹੜੇ ਬਾਕੀ ਆ ਉਹਨਾਂ ਨੂੰ ਪੰਗਾ ਪਏ ਆ। ਸੋ ਇਹੀ ਪ੍ਰਾਰਥਨਾ ਕਰੋ ਜੀ ਕਿ ਕੋਈ ਨਾ ਕੋਈ ਡੀਲ ਹੋ ਜਾਵੇ, ਔਰ ਡੀਲ ਪਾਰਲੀਮੈਂਟ ਨੂੰ ਅਪਰੂਵ ਕਰਨਾ ਪੈਣਾ। ਜੇ ਨੋ ਡੀਲ 'ਤੇ ਨਿਕਲੇ ਜੀ ਫਿਰ ਤਾਂ ਘਸਮਾਣਾ ਹੀ ਘਸਮਾਣਾ, ਫਿਰ ਤਾਂ ਤੁਹਾਡੇ ਜਿਹੜੇ ਡਰਾਈਵਿੰਗ ਲਾਇਸੈਂਸ ਇੰਟਰਨੈ ਯੂਰਪ ਇੰਗਲੈਂਡ ਵਾਲੇ ਜਿਹੜੇ ਯੂਰਪ ਵਰਤਦੇ ਜਾਂ ਵਾਇਸ ਵਰਗਾ ਉਹ ਵੀ ਨਹੀਂ ਵੈਲਿਡ। ਨਾ ਕੋਈ ਵੀਜ਼ਾ ਸਿਸਟਮ ਇਨ ਪਲੇਸ ਆ ਕਿ ਜੇ ਯੂਰਪ ਜਾਣਾ ਹੋਲੀਡੇ 'ਤੇ ਕਿੱਦਾਂ ਜਾਵਾਂਗੇ, ਵੀਜ਼ਾ ਲੈਣਾ ਪਊ, ਕੀ ਕਰਨਾ ਪਊ, ਉਹ ਵੀ ਸਿਸਟਮ ਦਾ ਕੋਈ ਨਹੀਂ ਹੈਗਾ। ਕਿਉਂ ਫਿਰ ਹੁਣ ਦੇਖੋ ਜਿੱਦਾਂ ਅਮਰੀਕਾ ਜਾਂਦੇ ਆ ਜਾਂ ਉਹੀ ਚੀਜ਼ ਹੋ ਜਾਂਦੀ, ਜਿੱਦਾਂ ਅਮੈਰੀਕਨ ਸਿਟੀਜ਼ਨ ਯੂਰਪ ਜਾਂਦੇ ਆ ਜਾਂ ਯੂਰੋਪੀਅਨ ਸਿਟੀਜ਼ਨ ਅਮੈਰੀਕਾ ਜਾਂਦੇ, ਉਹਨਾਂ ਨੂੰ ਐਸਟਾ ਭਰਨਾ ਪੈਂਦਾ, ਆਹ ਚੀਜ਼ ਫਿਰ ਸਿਸਟਮ ਆਊਗੀ। ਪਰ ਹੁਣ ਪਤਾ ਹੀ ਨਹੀਂ ਕਿ ਕੀ ਆ ਕੀ ਨਹੀਂ, ਇਹਦਾ ਕੋਈ ਕਿਸੇ ਨੇ ਵੇਰਵਾ ਹੀ ਨਹੀਂ ਦਿੱਤਾ। ਆਲ ਆਫ ਦੀਸ ਪਲਾਨਸ ਇਹ ਤਾਂ ਹੀ ਆਉਣੇ ਆ ਜੇ ਡੀਲ ਹੋਇਆ, ਤਾਂ ਹੀ ਟਰੀਜ਼ਾ ਪਿੱਟਦੀ ਸੀ ਜੀ ਕਿ ਤੁਸੀਂ ਡੀਲ ਕਰ ਲਓ, ਤੁਸੀਂ ਡੀਲ ਕਰ ਲਓ। ਪਰ ਕੁਛ ਉਹਦੀ ਪਾਰਟੀ ਦੇ ਨੁਮਾਇੰਦਿਆਂ ਨੇ, ਕੁਛ ਲੇਬਰ ਪਾਰਟੀ ਦੇ ਪਾਰਟੀਆਂ ਨੇ ਨੁਮਾਇੰਦਿਆਂ ਨੇ ਇਸ ਗੱਲ ਨੂੰ ਮੰਨਿਆ ਨਹੀਂ, ਤਾਂ ਉਹਨੂੰ ਦਿੱਤਾ ਧੋਰੋ। ਫਿਰ ਤਾਂ ਹੀ ਹੱਥ ਦੇਖੋ ਹੱਥ ਖੜੇ ਬੰਦਾ ਕਦੋਂ ਕਰਦਾ, ਜਦੋਂ ਬੱਸ ਜੀ ਹੋਵੇ ਤਾਂ ਰਾਹ ਨਹੀਂ ਦੀਦਾ ਮੂਹਰੇ, ਅਤੇ ਉਦੋਂ ਫਿਰ ਹੱਥ ਖੜੇ ਹੁੰਦੇ। ਅਤੇ ਤਾਂ ਹੀ ਉਹਨੂੰ ਹੱਥ ਖੜੇ ਕੀਤੇ, ਕਹਿੰਦੇ ਠੀਕ ਹੈ ਮੈਂ ਆਪਣੀ ਕੋਸ਼ਿਸ਼ ਕੀਤੀ। ਸਿਆਣਾ ਤਾਂ ਡੇਵਿਡ ਕੈਮਰਨ ਨਿਕਲਿਆ ਜਿਹੜਾ ਰਿਜ਼ਲਟ ਤੋਂ ਬਾਅਦ ਹੀ ਸਿੱਧਾ ਰਿਜ਼ਾਇਨ ਦੇ ਗਿਆ, ਕਿਉਂ ਕਹਿੰਦਾ ਮੈਂ ਹੁਣ ਕਿਉਂ ਘਸਮਾਨ ਫਸਾਂ, ਮੈਂ ਕਾਹਨੂੰ ਇਹ ਸਾਰਾ ਮੈਸ ਚੱਕਾਂ ਇਹ। ਸੋ ਦੈਟਸ ਉਹ ਸਿਆਣਾ ਨਿਕਲਿਆ, ਦੇਖੋ ਕਾਫੀ ਸੋਚ ਹੋਈ ਇਸ ਚੀਜ਼ 'ਚ। ਇਹ ਬੁਜ਼ਦਿਲ ਵੀ ਕਹਿ ਸਕਦੇ ਕਿ ਨਿਕਲਿਆ, ਬਟ ਅਗਲਾ ਕਹਿੰਦਾ ਵਾਟ ਵਾਟ ਹੈਗਾ ਹੈਡ ਆਈ। ਹੁਣ ਟਰੀਜ਼ਾ ਨੇ ਜੋਰ ਲਾ ਹੀ ਲਿਆ, ਇਹਨੂੰ ਵੀ ਕੁਛ ਨਹੀਂ ਮਿਲਿਆ, ਅਤੇ ਇੱਕ ਦੂਜੇ 'ਚ ਗਲਤੀਆਂ ਕੱਢੀ ਜਾਂਦੇ ਆ, ਪਰ ਸਲੂਸ਼ਨ ਕਿਸੇ ਕੋਲ ਹੈ ਨਹੀਂ। ਅਤੇ ਉਹ ਬਾਕੀ ਜਿਹੜੇ ਮੁਲਕ ਆ ਜੀ 27 ਉਹ ਸਾਰਿਆਂ ਨਾਲ ਡੀਲ ਕਰਨਾ ਪੈਣਾ। ਸੋ ਇਟ ਵੀ ਨੀਡ ਅ ਡੀਲ ਇਫ ਯੂ ਵਾਂਟ ਐਨੀ ਆਫ ਦਿਸ ਟੂ ਗੋ ਥਰੂ, ਵੀ ਹੈਵਨਟ ਗਾਟ ਐਨੀ ਸਿਸਟਮ ਇਨ ਪਲੇਸ, ਅਦਰਵਾਈਜ਼ ਇਟ ਵਿਲ ਬੀ ਸਟਾਰਟਿੰਗ ਫਰੋਮ ਸਕ੍ਰੈਚ ਆਲ ਓਵਰ ਅਗੇਨ। ਇਟ ਵਿਲ ਬੀ ਐਗਜ਼ੈਕਟਲੀ ਐਜ਼ ਇਫ ਸਮਵਨ ਲਾਈਕ ਇੰਡੀਆ ਵਾਂਟਸ ਟੂ ਡੀਲ ਵਿਦ ਯੂਰਪ। ਸੋ ਐਗਜ਼ੈਕਟਲੀ ਇਹੀ ਚੀਜ਼ ਹੋ ਜੂਗੀ। ਸੋ ਮੇਰੀ ਇਹੀ ਪ੍ਰਾਰਥਨਾ ਹੈ ਜੀ ਕਿ ਤੁਸੀਂ ਹੱਲੇ ਰੱਬ ਕਰੇ ਕਿ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਸੋਰਟ ਆਊਟ ਹੋ ਜਾਵੇ ਅਤੇ ਡੀਲ ਹੋ ਜਾਵੇ, ਅਤੇ ਹਲੇ ਟਿਕੇ ਰਹੋ ਕਿ ਦੇਖੋ ਕਿ ਕੀ ਹੁੰਦਾ ਹੈ ਕੀ ਨਹੀਂ। ਅੱਜ ਤਾਈਂ ਤਾਂ ਉਹੀ ਰੂਲ ਚੱਲਦੇ ਆ ਜੀ ਜੋ ਵੋਟ ਤੋਂ ਪਹਿਲਾਂ ਚੱਲਦੇ ਸੀਗੇ, ਅੱਜ ਤਾਈਂ। ਅਕਤੂਬਰ ਤੋਂ ਬਾਅਦ ਕੀ ਹੋਊਗਾ ਡੈ ਓਲਡ ਡਿਫੈਂਸ। ਮਹੀਨੇ ਰਹਿ ਗਏ ਜੀ, ਜੁਲਾਈ ਅਗਸਤ ਸਪਟੈਂਬਰ ਅਕਤੂਬਰ, 4 ਮਹੀਨੇ ਰਹਿ ਗਏ। ਵੈਸੇ ਤਾਂ ਇਹਨਾਂ ਕੋਲ 3 ਸਾਲ ਤੱਕ ਸੀਗਾ, ਹੈਂ, ਬਟ ਵਟ ਕੈਨ ਯੂ ਡੂ, 3 ਸਾਲਾਂ 'ਚ ਨਹੀਂ ਹੋਇਆ, ਹੁਣ ਇਹਨਾਂ ਨੂੰ 4 ਮਹੀਨਿਆਂ 'ਚ ਕਰਨਾ ਪੈਣਾ, ਔਰ ਮਹੀਨਾ ਲੱਗੇ ਨਾ ਹਲੇ ਪ੍ਰਾਈਮ ਮਿਨਿਸਟਰ ਚੁਣਨ ਨੂੰ। ਉਹ ਵੀ ਲਾ ਦਿਓ, 3 ਰਹਿ ਗਏ ਫਿਰ, 3 ਮਹੀਨੇ ਰਹਿ ਗਏ ਆ, ਹੁਣ ਦੇਖੋ ਕੀ ਬਣਦਾ ਕੀ ਨਹੀਂ। ਲੋਕਾਂ ਦੀ ਜਾਨ ਐਵੇਂ ਨਹੀਂ ਗੱਲ 'ਚ ਅਟਕਿਓ। ਮੈਂ ਤੁਹਾਨੂੰ ਇਹੀ ਸਿਆਣਪ ਇਹੀ ਕਹੂੰਗਾ ਕਿ ਜੇ ਤੁਹਾਡੇ ਕੋਲ, ਤੁਸੀਂ ਯੂਰਪ ਵਾਲੇ ਆ, ਜੇ ਤੁਹਾਡੇ ਕੋਲ ਹਲੇ 5 ਸਾਲ ਤੋਂ ਘੱਟ ਆ, ਤੁਸੀਂ ਹਲੇ ਕੋਈ ਇਨਵੈਸਟਮੈਂਟ ਨਾ ਕਰੋ ਇੱਥੇ, ਨਾ ਕੋਈ ਘਰ ਲਓ, ਨਾ ਕੋਈ ਸ਼ੋਪ ਕਰੋ, ਨਾ ਕੋਈ ਬਿਜ਼ਨਸ ਹੱਲੇ ਕਰੋ, ਕਿਉਂਕਿ ਐਵੇਂ ਪੈਸੇ ਲਾਤੇ ਤਾਂ ਕੱਲ੍ਹ ਨੂੰ ਇਹਨਾਂ ਨੇ ਕਿਹਾ ਉੱਠੋ ਜਾਓ, ਫਿਰ ਤੁਹਾਡਾ ਪੰਗਾ ਪੈਣਾ। ਹਮੇਸ਼ਾ ਸਿਆਣਾ ਪਈ ਹੁੰਦੀ ਕਿ ਬੈਕਅਪ ਪਲਾਨ ਜ਼ਰੂਰ ਰੱਖੀ ਦੀ ਹੈ। ਬਾਕੀ ਜਦੋਂ ਇੱਕ ਐਨ ਲਿਖ ਕੇ ਡੀਲ ਹੋਊਗਾ ਕਿ ਹਾਂਜੀ ਤੁਸੀਂ ਰਹਿ ਸਕਦੇ ਹਾਂ, ਫਿਰ ਅਸੀਂ ਠੀਕ ਹੈ, ਫਿਰ ਰਵਾਂਗੇ, ਫਿਰ ਜੋ ਮਰਜ਼ੀ ਕਰਨਾ ਕਰੇ। ਚਲੋ ਜੀ, ਮੈਂ ਵੀ ਬ੍ਰੈਗਜ਼ਿਟ ਕਰਕੇ ਆਉਣਾ, ਤਾਂ ਮਿਲਦਾ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ।
जी हाँ, जे तोड़े सारे पेपर सही ने थे तो वीजे तो ना हो गई है ता अज ही अपील ले मिलो हरजाप सिंह पंगल लंदन इमिग्रेशन साउथ हॉल बर्मिंघम लेस्टर 0208-571-688 Tired of always running out of data? Don't worry, we've got you covered. With Leica Mobile's UK Plan Ultra, you get a phone-busting 15 gigabytes of data, unlimited UK minutes and texts, and 100 international minutes for just £12 for 30 days. That's a limited-time offer of over 50% off when bought online with a new SIM order. That's big data and big value. Visit leicamobile.co.uk today to see the full offer. Terms and conditions apply. खुशी कब शुभ अशुभ वक्त और हालात के साथ बदलते ही रहते हैं। आप देखिए आपकी अपनी किस्मत का हाल किस्मत कर्मा के साथ आपके अपने चैनल MAtv पर। मिले हो तुम हमको बड़े नसीबों से चुराया है मैंने किस्मत की लकीरों से ओ लड़का हजारों लोग हर रोज सुबह से रात तक कभी न कभी MAtv जरूर देखते हैं। They might be your future customers, but you have to tell them about your products and services. Let's grow your business with MAtv. Advertise, promote and market your product and services on MAtv. Call MAtv sales on 07970-337036 or 0208-795-0026. स्कूल जाना तो एक सपना था, रोज देखता उस खाने वाली गाड़ी को, सबको बढ़िया खाना, खुशी होती थी देखकर। फिर वो दिन आया जब मैं भी गया स्कूल, लगा कि सपने देखने की ताकत मिल गई हो। अरे पेट भरा हो तो पूरा ध्यान पढ़ाई में रहेगा ना। प्रार्थना करता हूँ कि वो खाने वाली गाड़ी हमेशा स्कूल आती रहे। थैंक यू अक्षय पात्र। आइए हाथ बटाइए ताकि भारत में 16 लाख से भी ज्यादा बच्चों को स्कूल में पौष्टिक खाना मिलता रहे। I'm here to save the children in Nepal and we urgently need your help. With every day that passes, more girls are being trafficked from impoverished villages like this one. Girls like Mina are being lured away from their families by the traffickers. Lots of them are brought to the city where they're sold and forced to work. It's terrifying. Many of these girls are as young as 9 years old. They're just children. One survivor who escaped to safety told me her story. The traffickers prey on these girls' hopes and dreams. It's disturbingly simple. They just make promises they'll never keep. मैले चाहिँ सोचेको थिएँ कि मान्छे वस्तुहरूलाई मात्रै बेच्छ भनेर, तर मान्छेले मान्छेलाई पनि बेचेर चाहिँ आफू चाहिँ एकदम सर्थ्यो। This trafficking has to stop. Save the Children are here setting up vital child protection programs to teach girls how to recognize the dangers. But we urgently need your help. There's a number on your screen right now. Please call it and give £2 a month. You could help us reach girls like Mina before the traffickers do. And protect them from a life of abuse. With every day that passes, more girls are under threat. Please search Mina online or call 0800-055-7605. Your £2 a month could help stop girls like Mina being trafficked.
It was a game we played for victory. Where we struggled, we survived. A community channel that share your views and ideas. And we are MATV. It's your channel of choice. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋਅ ਮਿੰਟ ਸਾਡੇ ਕੋਲ ਤਕਰੀਬਨ ਰਹਿ ਗਏ ਆ ਜੀ 25-30 ਸੋ ਜਿਹਨਾਂ ਨੇ ਫੋਨ ਕਰਨਾ ਕਰ ਸਕਦੇ ਆ ਸਵਾਲਾਂ ਦੇ ਜਵਾਬ ਦੇਣ ਲਈ ਰੈਡੀ ਹਾਂ ਜੀ ਬਾਕੀ ਧੁੱਪ 'ਚ ਬਿਠਾ ਲਿਆ ਅਤੇ ਅਸੀਂ ਵੀ ਚਾਹੁੰਦੇ ਸੀਗੇ ਘਰ ਬੈਠੇ ਯਾਰ ਨਿਆਣਿਆਂ ਨਾਲ ਧੁੱਪ 'ਚ ਖੇਲੀਏ ਗਾਰਡਨ 'ਚ ਕੀ ਕਰੀਏ ਇੱਥੇ ਫਸ ਗਏ ਰਾਈਟ ਓਕੇ ਐਨੀਥਿੰਗ ਐਲਸ ਨੋਟ ਰੀਅਲੀ ਹੋਰ ਹੁਣ ਕੀ ਆ ਜੀ ਆਹੀ ਖਬਰ ਪੜ੍ਹਤੀ ਆਹੀ ਖਬਰ ਪੜ੍ਹਤੀ ਇਹ ਲੋਕ ਬਹੁਤ ਪੁੱਛਦੇ ਆ ਕਿ ਭਾਅ ਜੀ ਤੁਸੀਂ ਕਿੱਥੇ ਹੋਣਾ ਨੈਕਸਟ ਵੀਕ ਮੈਂ ਕਿਹਾ ਦੱਸ ਦਿੰਦੇ ਕਿੱਥੇ ਹੋਣਾ ਟਿਊਜ਼ਡੇ ਮੈਂ ਹੋਣਾ ਬਰਮਿੰਘਮ ਅਤੇ ਬਾਕੀ ਦਿਨ ਸਾਊਥ ਹਾਲ ਹੋਣਾ ਜਿਹਨਾਂ ਨੇ ਮਿਲਣਾ ਮਿਲ ਸਕਦੇ ਆ ਫਰੋਮ ਦੀ ਆਫਿਸ ਐਡ ਦੇ ਵਿੱਚ ਬ੍ਰੇਕ ਆਉਂਦੀ ਬਾਕੀ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਰੇ ਡਿਟੇਲ ਜੋ ਹੈਗੇ ਆ ਅਤੇ ਉੱਥੋਂ ਤੁਸੀਂ ਲੈ ਸਕਦੇ ਆ www.harjabpangal.co.uk ਤੇ ਦੱਸ ਵੀ ਬਾਕੀ ਮੈਂ ਸਪਾਊਸਾਂ ਬਾਰੇ ਤੁਹਾਡੀ ਗੱਲ ਕਰਦਾ ਸੀ ਯੈਸ ਸਪਾਊਸਾਂ ਬਾਰੇ ਗੱਲ ਕਰਦਾ ਸੀਗਾ ਕਿ ਦੇਖੋ ਜੀ ਪਲੈਨਿੰਗ ਕਰੋ ਫਿਰ ਆਪਣਾ ਤੁਸੀਂ ਵਿਆਹ ਕਰਨ ਲਈ ਜਾਓ ਅਤੇ ਫਿਰ ਆਪਣਾ ਵੀਜ਼ਾ ਤੁਹਾਡਾ ਠਾ ਕਰਕੇ ਲੱਗੂਗਾ ਜ਼ਿਆਦਾ ਪ੍ਰੋਬਲਮਸ ਤਾਂ ਹੀ ਆਉਂਦੀਆਂ ਜੀ ਕੇਸਾਂ ਵਿੱਚ ਜਿੱਥੇ ਵਿੱਚ ਵਿਆਹ ਬੜੇ ਕਾਹਲੀ 'ਚ ਕੀਤੇ ਹੁੰਦੇ ਜਾਂ ਪਲੈਨਿੰਗ ਨਹੀਂ ਕੀਤੀ ਹੁੰਦੀ ਉਹਨਾਂ ਵਿੱਚ ਫਿਰ ਡਿਲੇ ਆਉਂਦੇ ਆ ਸਾਲ ਸਾਲ ਦੋ ਦੋ ਸਾਲ ਲੱਗਦੇ ਫਿਰ ਚੰਗਾ ਨਹੀਂ ਲੱਗਦਾ ਵੈਸੇ ਵੀ ਚਲੋ ਜੀ ਕਾਲਰ ਆ ਲਾਈਨ ਤੇ ਦੇਖਦੇ ਕੌਣ ਆ ਹੈਲੋ 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 ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਡੇ ਨਾਲ ਸਵੇਰੇ ਗੱਲ ਹੋਈ ਸੀ ਮੇਰੀ ਅੱਜ ਮੈਂ ਤੁਹਾਨੂੰ ਲੈਟਰਾਂ ਭੇਜੀਆਂ ਸੀਗੀਆਂ ਅੱਛਾ ਭਾਈ ਮੈਂ ਇਦਾਂ ਸੋਚਦਾ ਸੀ ਜੇ ਮੈਂ ਭਾਈ ਵੀਜ਼ਾ ਸਵਿਚ ਕਰਾ ਲਵਾਂ ਬੱਚਿਆਂ ਦੇ ਬੇਸ ਤੇ ਹੋ ਜਾਊਗਾ ਇਹ ਡਿਪੈਂਡ ਕਰਦਾ ਕਿ ਤੇਰੀ ਕੈਟੇਗਰੀ ਤੇ ਹਾਂ ਪਰ ਸਵਿਚ ਤੇ ਹੋ ਸਕਦਾ ਜੇ ਤੁਹਾਡੇ ਕੋਲ ਮੈਰਿਜ ਦਾ ਵੀਜ਼ਾ ਹੈ ਤਾਂ ਤੁਸੀਂ ਬੱਚਿਆਂ ਦੇ ਬੇਸ 'ਚ ਆ ਸਕਦੇ ਹੋ ਤੁਸੀਂ ਬੱਚਿਆਂ ਦੇ ਬੇਸ ਤੇ ਵੀਜ਼ਾ ਤੁਸੀਂ ਮੈਰਿਜ ਦੇ ਬੇਸ 'ਤੇ ਆ ਸਕਦੇ ਹੋ ਠੀਕ ਆ ਭਾਈ ਕਿਉਂਕਿ ਮੈਨੂੰ ਪਹਿਲਾਂ 10 ਸਾਲ ਦਿੱਤੇ ਫਿਰ 5 'ਚ ਪਾਇਆ ਫਿਰ ਹੁਣ 10 'ਚ ਪਾਤਾ ਆ ਤੇ ਓਬਵੀਅਸਲੀ ਆਮ ਫਿਰ ਇਹ 10 ਤਾਂ ਹੈਗਾ ਹੀ ਆ ਫਿਰ ਉਹ ਤਾਂ ਫਿਰ 10 ਹੀ ਰਹੋ ਮੈਰਿਜ ਬੇਸ 'ਤੇ ਤਾਂ 10 ਹੁੰਦਾ ਹੀ ਨਹੀਂ ਮੈਰਿਜ ਬੇਸ 'ਤੇ ਤਾਂ 5 ਹੁੰਦਾ ਸਿਰੇ ਮਤਲਬ ਤੂੰ ਆਲਰੇਡੀ ਬੱਚਿਆਂ ਦੀ ਰੂਟ 'ਚ ਹੈਗਾ ਆ ਮੈਂ ਆਲਰੇਡੀ ਬੱਚਿਆਂ ਦੇ ਰੂਟ 'ਚ ਆ ਇਹ ਡਿਪੈਂਡ ਕਰਦਾ ਕਿ ਤੇਰਾ ਪਿਛਲਾ ਲੈਟਰ ਤੇ ਕੀ ਲਿਖਿਆ ਹੈ ਚਲੋ ਠੀਕ ਹੈ ਸਰ ਓਕੇ ਓਕੇ ਥੈਂਕ ਯੂ ਇਹ ਜੋ ਵੀਜ਼ੇ ਜੀ ਦਿੱਤੇ ਜਾਂਦੇ ਤੁਹਾਨੂੰ ਬੱਚਿਆਂ ਦੇ ਬੇਸ 'ਤੇ ਜਾਂ ਵਿਆਹ ਦੇ ਬੇਸ 'ਤੇ ਇਹ ਵਾਈਫਾਂ ਦੇ ਹਸਬੈਂਡਾਂ ਦੇ ਨਾਲ ਰਹਿਣ ਲਈ ਦਿੱਤੇ ਜਾਂਦੇ ਆ ਅਲੱਗ ਅਲੱਗ ਨੇ ਸੋ ਇਹ ਥੋੜ੍ਹੇ ਧਿਆਨ ਰੱਖ ਲਿਓ ਗੱਲ ਅੱਜ ਕੱਲ੍ਹ ਡਿਵੋਰਸ ਨੂੰ ਬਹੁਤ ਛੇਤੀ ਪੈਂਦੇ ਤੁਸੀਂ ਪਰ ਫਿਰ ਕੰਮ ਤੁਹਾਡਾ ਹੋ ਜਾਂਦਾ ਖਰਾਬ ਫਿਰ ਜਿੰਨੀ ਵੀ ਮਿਹਨਤ ਕੀਤੀ ਹੁੰਦੀ ਉਹ ਖਰਾਬ ਹੋ ਜਾਂਦਾ ਪਰ ਦੂਜੀ ਗੱਲ ਇਹ ਆ ਜੀ ਕਿ ਹੁਣ ਬੱਚੇ ਕਰਾ ਕਰਕੇ ਵੀਜ਼ਾ ਲਵਾ ਕੇ ਫਿਰ ਵਾਈਫ ਨੂੰ ਛੱਡਣਾ ਜਾਂ ਹਸਬੈਂਡ ਨੂੰ ਛੱਡਣਾ ਉਹਦੇ ਤੁਸੀਂ ਆਪੇ ਦੇਖ ਲਓ ਫਿਰ ਤੁਸੀਂ ਕਹਿੰਦੇ ਜੀ ਇੱਥੇ ਦੇ ਬੰਦੇ ਸਾਨੂੰ ਲਾਇਕ ਨਹੀਂ ਕਰਦੇ ਇੱਥੇ ਦੇ ਜਿਹੜੇ ਪੰਜਾਬੀ ਆ ਫਿਰ ਉਹ ਇਹੀ ਚੀਜ਼ਾਂ ਤੋਂ ਲਾਇਕ ਨਹੀਂ ਕਰਦੇ ਅਤੇ ਹਾਂ ਜਿੰਨੀ ਹੱਦ ਤੱਕ ਤੁਹਾਡਾ ਵਿਆਹ ਸਫਲ ਹੁੰਦਾ ਯੂ ਸ਼ੁੱਡ ਮੇਕ ਇਟ ਵਰਕ ਮੈਂ ਸਮਝਦਾ ਡਿਵੋਰਸ ਹੁੰਦਾ ਆ ਐਂਡ ਦੇਅਰ ਸਰਕਮਸਟੈਂਸਿਸ ਵੈਨ ਯੂ ਨੀਡ ਟੂ ਗੈਟ ਡਿਵੋਰਸਡ ਯਾ ਐਂਡ ਇਟ ਬਿਕਮਸ ਅਨਬੇਅਰੇਬਲ ਬਟ ਉਹਦੇ 'ਚ ਸਾਰਾ ਕੁਝ ਦੇਖਣਾ ਪੈਂਦਾ the impact on the kids yeah ke koi kharcha dunga ya nahi bacche ki kahoge bacche chote ya unhanu daddy mummy di load hai gi life vich
ਇਹ ਨਹੀਂ ਕਿ ਇੱਕ ਨੂੰ ਛੱਡ ਕੇ ਮੀਤੇ ਨੂੰ ਜੀਤਾ ਲਿਆਂਦਾ ਫਿਰ ਸਵਰਨਾ ਲਿਆਂਦਾ ਫਿਰ ਸੋਹਣ ਲਿਆਂਦਾ ਅਤੇ ਸਾਰੀ ਉਮਰ ਬੱਚੇ ਹਰ ਦੂਜੇ ਸਾਲ ਅੰਕਲ ਹੀ ਬਦਲੀ ਜਾਵੇ ਕਿ ਮੰਮੀ ਆਹ ਅੰਕਲ ਨਵਾਂ ਲਿਆਈ ਤੂੰ ਆਹ ਅੰਕਲ ਨਵਾਂ ਲਿਆਈ ਆਹ ਅੰਕਲ ਨਵਾਂ ਲਿਆਈ ਮੰਮੀ ਤੇਰਾ ਅੰਕਲ ਹੀ ਨਹੀਂ ਮੁੱਕੇ ਸਾਡੇ ਤਾਂ ਸਾਰੀ ਉਮਰ ਹੈਂ ਸੋ ਅੰਕਲਾਂ ਦੀ ਵੀ ਲਿਮਿਟ ਹੁੰਦੀ ਹੈ ਜੀ ਕਿੰਨੀ ਹੁੰਦੀ ਹੈ ਸਭ ਵਿਚਾਰੇ ਖਿੱਚ ਗਰੂ ਅਪ 6-7 ਸਪੈਸ਼ਲ ਅੰਕਲਸ ਚਲੋ ਜੀ ਸਰ ਇਹ ਹਮ ਤੁਸੀਂ ਕਿਰਪਾ ਕਰੋ ਜੀ ਜਿੰਨੇ ਹੱਦ ਆਪਣੇ ਸਾਰੀ ਚੀਜ਼ਾਂ ਸੋਚ ਲਈਦੀਆਂ ਹੁੰਦੀਆਂ ਹੁਣ ਇਹ ਤੁਸੀਂ ਵੀਜ਼ਾ ਲਵਾ ਕੇ ਜੇ ਤੁਸੀਂ ਪਿੰਨੋ ਕੱਢਣ ਲੱਗ ਜਾਂਦੇ ਕਿ ਨਹੀਂ ਉਹ ਚੰਗਾ ਨਹੀਂ ਉਹ ਸੁਭਾਅ ਨਹੀਂ ਚੰਗਾ ਜਿਸ ਵੇਲੇ ਵੀਜ਼ਾ ਲਾਉਣਾ ਸੀ ਉਹ ਤਾਂ ਮਿੰਟਾਂ ਹੀ ਕਰਦੇ ਸੀ ਫਿਰ ਤੁਸੀਂ ਕਹਿੰਦੇ ਕਿ ਜੀ ਸਾਨੂੰ ਲੋਕ ਟਰੱਸਟ ਨਹੀਂ ਕਰਦੇ ਇਹ ਟਰੱਸਟ ਇਹੀ ਚੀਜ਼ਾਂ ਤੋਂ ਟੁੱਟ ਗਈ ਸੋ ਕਰੋ ਜੀ ਓਕੇ ਲੈਟਸ ਹੈਵ ਅ ਲੁੱਕ ਐਂਡ ਮੈਸੇਜ ਤੁਹਾਡੇ ਕਿਹੜੇ ਆਏ ਆ Amazing man, it is really tough. Marriage nu khel na banao, na ek sauda banao. Ke ohde ch phir khel vich to sauda vich jadon vyah da karan lagya na, oh natija bura hi hunda. Paaji Indian Valley and kids loving your show, brother. Say hi to all of us. We love you daily. Valley ne samosa bana ke rakhe aaya yaar. Samosa tusi hi khao yaar. ਮੈਂ ਕਦੇ ਫਿਰ ਆਊਂਗਾ ਮੈਂ ਗਰਮੀ 'ਚ ਖਾ ਹੁੰਦੇ ਸਮੋਸੇ ਮੈਂ ਤਾਂ ਉੱਥੇ ਰੋਸਟ ਹੁੰਦਾ ਜਾਂਦਾ ਜਿੱਦਾਂ ਕੁੱਕੜ ਹੁੰਦਾ ਸੁਰੇਸ਼ ਕੌਸ਼ਲ ਦਾ ਮੈਸੇਜ ਆਇਆ ਹੈਲੋ ਭਾਅ ਜੀ ਹਾਓ ਆਰ ਯੂ ਗਰਮੀ ਹੋ ਗਈ ਲੱਗਦੀ ਵਾਟਰ ਰੱਖਣਾ ਪੈ ਗਿਆ ਕੋਲ ਪਹਿਲੀ ਵਾਰੀ ਰੱਖਿਆ ਵਾਟਰ ਕੋਲ ਅਤੇ ਦੇਖ ਲਓ ਹਾਂ ਗਰਮੀ ਜ਼ਿਆਦਾ ਆ ਫਿਰ ਕੁੱਕੜ ਦੇਖਿਆ ਕਦੇ ਕਿੱਦਾਂ ਰੋਸਟ ਹੁੰਦਾ ਜਦੋਂ ਤੁਸੀਂ ਰੈਸਟੋਰੈਂਟ ਜਾਂਦੇ ਹਾਂ ਪੱਬ ਜਾਂਦੇ ਉੱਦਾਂ ਹੋਣ ਡਿਆ ਮੈਂ ਤਾਂ ਰੋਸਟ ਇਹ ਲਾਈਟਾਂ ਨੇ ਜੋ ਇਹਨਾਂ ਨੇ ਲਾਈਆਂ ਹੈ ਨਾ ਉੱਤੇ ਜਿਹੜੇ ਆ ਮੂੰਹ 'ਤੇ ਚਮਕਦੀਆਂ ਉਹ ਇਹੀ ਇਹਨਾਂ ਦੇ ਹੀਟ ਇਹ ਬਹੁਤ ਤਕੜੇ ਬੜੇ ਬੜੇ ਹੀਟਰਾਂ ਨਾਲੋਂ ਤਕੜੇ ਆ ਡੂ ਯੂ ਮੀਨ ਫੁਲਾ ਕਹਿਣਾ ਮੰਮੀ ਆਮ ਰੋਸਟਿੰਗ ਹੇਅਰ ਲਾਈਕ ਅ ਕੁੱਕਰ ਓਕੇ ਗੁੱਡ ਫਿੰਗਰਸ ਮਿੰਟ ਥੋੜ੍ਹੇ ਰਹਿ ਗਏ ਹੁਣ 20 ਰਹਿ ਗਏ ਉਹ 'ਚੋਂ ਬ੍ਰੇਕ ਵੀ ਆ ਜਾਂਦਾ ਇੱਕ ਸਰ ਥੋੜ੍ਹੇ ਜਿਹਾ ਮੈਂ ਹਵਾ ਹਵਾ ਪੱਖੀ ਝੱਲਣ ਜਾਂ ਪੱਖੀ ਲਿਆ ਕੋਈ ਪੱਖਾ ਪੁੱਖਾ ਝੱਲ ਦੇਵੇ ਆਹ ਕੰਮ ਆ We can't even put the puck on directly at me. Go the away on the mic on the Okay. Baki hon lok jo hage ya aam sawal puch dende ke ji ke kede hunde kede nahi jo hage lok visitor kyunki vyah de season aa gaya the to lok visitor visa bare bahut puchde ke bhai assi visitor visa lona aaya ya dasso rishtedar da lona aaya Okay. kyunki visitor visa vich appeal nahi hundi kuch saal pehle inna ne mere khayal de 10 saal pehle inna ne appeal band kar ditti si ਅੱਗੇ ਜੇ ਰਿਫਿਊਜ਼ ਹੁੰਦਾ ਸੀ ਅਪੀਲ ਕਰ ਸਕਦੇ ਸੀ ਫਿਰ ਕੋਰਟ ਤੱਕ ਕੇਸ ਲੈ ਜਾਣਾ ਸੀ ਅਤੇ ਉਹਦੇ ਵਿੱਚ ਫਿਰ ਫੈਸਲਾ ਹੋ ਜਾਂਦਾ ਸੀਗਾ ਉਹਦੇ ਚਾਂਸ ਸੀਗੇ ਵੀਜ਼ਾ ਲੱਗਣ ਦੇ ਅੱਜ ਕੱਲ੍ਹ ਜੀ ਨਾ ਹੋ ਜਾਂਦੀ ਤੁਸੀਂ ਸਿਰਫ ਰੀਅਪਲਾਈ ਕਰ ਸਕਦੇ ਨਾ ਹੋਵੇ ਇਸ ਤੋਂ ਪਹਿਲਾਂ ਇਹ ਆ ਕਿ ਤੁਸੀਂ ਕੇਸ ਆਪਣਾ ਸੋਲਿਡ ਬਣਾਓ ਸੋਲਿਡ ਕੇਸ ਕਿੱਦਾਂ ਬਣਦਾ ਜੀ ਇਹ ਜ਼ਿਆਦਾਤਰ ਇਹ ਨਹੀਂ ਕਿ ਇੱਧਰੋਂ ਕਾਗਜ਼ ਕਿਹੜੇ ਲੋਕ ਭੇਜਦੇ ਆ ਲੋਕ ਬਹੁਤ ਕਹਿੰਦੇ ਭਾਈ ਇੰਡੀਆ 'ਚ ਕੁਛ ਨਹੀਂ ਮੈਂ ਹੀ ਸਪੋਂਸਰ ਕਰਨਾ ਇੱਧਰੋਂ ਮੈਂ ਹੀ ਸਾਰਾ ਕੁਛ ਕਰਨਾ ਭਾਵੇਂ ਤੁਸੀਂ ਸਾਰਾ ਕੁਛ ਕਰਨਾ ਆ ਫਿਰ ਵੀ ਜੋ ਹੈਗੀ ਸਰਕਾਰ ਹੈਗੀ ਆ ਉਹ ਇਹ ਚੀਜ਼ਾਂ ਦੇਖਦੀ ਹੈ ਕਿ ਜਿਨ ਆਉਣਾ ਆ ਉਹਦੇ ਕੋਲ ਕੀ ਆ ਉਹਦੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ਆ ਕਿ ਉਹ ਵਿਆਹ ਆ ਪਿੱਛੇ ਨਿਆਣੇ ਆ ਕੋਈ ਵਜ੍ਹਾ ਹੈਗਾ ਵਾਪਸ ਜਾਣ ਲਈ ਹਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਓਵਰਸਟੇ ਹੋਣ ਲਈ ਤਾਂ ਪੰਜਾਬੀ ਨਿਆਣਿਆਂ ਦਾ ਮੂੰਹ ਵੀ ਨਹੀਂ ਦੇਖਦੇ 18-18 ਸਾਲ ਤੱਕ ਗੁਆਂਢੀ ਪਾਲਦੇ ਨਿਆਣਿਆਂ ਨੂੰ ਬਸ ਇਹ ਆ ਕਿ ਪੈਸੇ ਭੇਜੀ ਜਾਂਦੇ ਪਿੱਛੇ ਚਲੋ ਉਹ ਇਹ ਦੇਖਦੇ ਕਿ ਤੁਹਾਡੀ ਆਮਦਨੀ ਹੈਗੀ ਆ ਅਤੇ ਕਿ ਤੁਹਾਡੀ ਆਈ ਚਲਾਈ ਹੈਗੀ ਬੈਂਕ 'ਚ ਤੁਹਾਡੇ ਬੈਂਕ 'ਚ ਕੁਛ ਸੇਵਿੰਗਸ ਐਸੈਟਸ ਵਗੈਰਾ ਕੁਛ ਹੈਗਾ ਲਾਈਕਲੀਹੁੱਡ ਆਫ ਰਿਟਰਨ ਫਿਰ ਇੱਦਾਂ ਕਰਦੇ ਆ ਫਿਰ ਜੋ ਹੈਗੀ ਆ ਰਾਹਦਾਰੀ ਭੇਜੀਦੀ ਆ ਐਨ ਐਂਡ 'ਤੇ ਇੱਥੇ ਪੁੱਠਾ ਕੰਮ ਚੱਲਿਆ ਕਿ ਪਹਿਲਾਂ ਰਾਹਦਾਰੀ ਭੇਜ ਦਿੰਦੇ ਆ ਇੰਡੀਆ 'ਚ ਕੁਛ ਹੁੰਦਾ ਨਹੀਂ ਫਿਰ ਨੱਠ ਭੱਜ ਜਿੱਦਾਂ ਹੈਗੇ ਆ ਉੱਦਾਂ ਹੀ ਅਪਲਾਈ ਕਰ ਦਿੰਦੇ ਫਿਰ ਹੋ ਜਾਂਦੇ ਰਿਫਿਊਜ਼ ਫਿਰ ਉਹਦਾ ਹੱਲ ਬਹੁਤ ਮੁਸ਼ਕਿਲ ਹੁੰਦਾ ਆ ਇੱਕ ਵਾਰੀ ਰਿਫਿਊਜ਼ ਹੋਏਗਾ ਅਤੇ ਉਹਨੂੰ ਕਾਫੀ ਚਿਰ ਲੱਗ ਜਾਂਦਾ ਹੁੰਦਾ ਸਿੱਧਾ ਹੋਣ ਲਈ ਸੋ ਪਹਿਲਾਂ ਜਿਹਨਾਂ ਨੇ ਆਉਣਾ ਉਹਨਾਂ ਨੂੰ ਪੁੱਛਿਆ ਕਰੋ ਇੰਡੀਆ ਵਾਲਿਆਂ ਨੂੰ ਜਾਂ ਜਿੱਧਰੋਂ ਵੀ ਆਉਣਾ ਕਿ ਜੀ ਤੁਹਾਡੇ ਕਾਗਜ਼ ਸਾਰੇ ਸਹੀ ਤੁਹਾਡੇ ਕੋਲ ਹੈਗਾ ਇਹ 'ਚ ਪਰੂਫ ਤਾਂ ਤੁਸੀਂ ਰਾਹਦਾਰੀ ਭੇਜੋ ਇਹ ਨਹੀਂ ਕਿ ਗੜੋ ਲਾਉਣ ਲਈ ਰਾਹਦਾਰੀ ਭੇਜਤੀ ਅਤੇ ਫਿਰ ਕਸੂਰ ਤੁਹਾਡਾ ਬਣੀ ਇੱਥੋਂ ਉਹ ਫਿਰ ਕੀ ਕਹਿੰਦਾ ਹੁੰਦਾ ਹੁਣ ਕਹਿਣਾ ਨਹੀਂ ਉਹ ਮੈਂ ਨਹੀਂ ਕਹਿੰਦਾ ਪ੍ਰੈਸ਼ਰ ਬਹੁਤ ਪਾਇਆ ਹੁੰਦਾ ਹਾਂ ਇੰਡੀਆ ਵਾਲਿਆਂ ਨੇ ਕਿ ਰਾਹਦਾਰੀ ਭੇਜੋ 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 ਜੇ ਨਾ ਭੇਜੋ ਤਾਂ ਅਗਲੇ ਕਹਿੰਦੇ ਕਿ ਨਹੀਂ ਤੂੰ ਮਹਾਉਣਾ ਹੀ ਨਹੀਂ ਚਾਹੁੰਦੇ ਤੁਸੀਂ ਤੁਹਾਨੂੰ ਪਾਉਣਾ ਹੀ ਨਹੀਂ ਚਾਹੁੰਦੇ
ਆ ਵੀ ਇੱਕ ਥੋੜੀ ਚੀਜ਼ ਦੇਖਣੀ ਪੈਂਦੀ ਹੈ ਤੇ ਫਿਰ ਖੀਚ ਫਿਰ ਉਹੀ ਗੱਲ ਪਿਆ ਢੋਲ ਵਜਾਉਣਾ ਪੈਂਦਾ ਅਗਲਾ ਕਹਿੰਦਾ ਠੀਕ ਹੈ ਤੂੰ ਭਰਾ ਦਾ ਨਹੀਂ ਲੈ ਕੋਈ ਯਾਰ ਰਿਫਿਊਜ਼ ਅਤੇ ਬਾਅਦ ਝੂਠਾ ਮੂਠਾ ਜਿਹਾ ਅਫਸੋਸ ਕਰਦੇ ਅੱਛਾ ਬਹੁਤ ਵੀ ਮਾੜਾ ਹੋਇਆ ਚਲੋ ਤੇਰੀ ਕਿਸਮਤ ਨਹੀਂ ਸੀ ਚੰਗੀ ਚਲੋ ਤੁਹਾਨੂੰ ਕਿਹਾ ਸੀ ਕਾਹਲੀ ਨਾ ਕਰਿਓ ਤੁਸੀਂ ਮੰਨੇ ਨਹੀਂ ਹਾਂ ਉਹ ਫਿਰ ਅੰਦਰੋਂ ਤਾਂ ਖੁਸ਼ ਹੁੰਦਾ ਬੰਦਾ ਚੰਗਾ ਹੋਇਆ ਨਹੀਂ ਲੱਗਾ ਸੋ ਟੂ ਪ੍ਰੀਵੈਂਟ ਦੈਟ ਮੇਕ ਸ਼ੋਰ ਦੈਟ ਹੂਐਵਰ ਇਜ਼ ਕਮਿੰਗ ਓਵਰ ਹੈਜ਼ ਆਲ ਦੀ ਐਵੀਡੈਂਸ ਉਹ ਘੱਟੋ ਘੱਟ 6 ਮਹੀਨੇ ਦਾ ਤਾਂ ਦੇਖਦੇ ਹੀ ਆ ਜੇ ਨਾਉਣਾ ਹੁੰਦਾ ਇੰਡੀਆ ਦਾ ਇਹ ਵੀ ਚੀਜ਼ ਦੇਖਦੇ ਕਿ ਪੈਸੇ ਅੱਗੇ ਆਏ ਗਏ ਆ ਇਕੱਠੇ ਤਾਂ ਨਹੀਂ ਜਮ੍ਹਾਂ ਹੋਏ ਆਏ ਕਿੱਥੋਂ ਆ ਹਰ ਚੀਜ਼ ਦਾ ਸੋਰਸ ਮੰਗ ਰਿਹਾ ਦੇਰ ਹੈਜ਼ ਟੂ ਬੀ ਅ ਪੇਪਰ ਟ੍ਰੇਲ ਫੋਰ ਏਵਰੀਥਿੰਗ ਇਟਸ ਰੀਲੀ ਇੰਪੋਰਟੈਂਟ ਐਂਡ ਦੇ ਆਲਵੇਜ਼ ਲੁੱਕ ਐਟ ਦ ਪਰਸਨ ਹੂ ਇਜ਼ ਕਮਿੰਗ ਓਵਰ ਨਾਟ ਦ ਵਨ ਹੂ ਇਜ਼ ਸਪੌਂਸਰਿੰਗ ਦੈਟ ਮੱਚ ਕੁਛ ਲੋਕ ਜੋ ਸਪੌਂਸਰ ਕਰਦੇ ਇੱਥੋਂ ਵੀ ਗਲਤੀਆਂ ਕਰ ਦਿੰਦੇ ਗਲਤੀਆਂ ਕਰਦੇ ਆ ਜੀ ਖਰਚਾ ਮੈਂ ਹੀ ਕਰਨਾ ਸਾਰਾ ਉਹ ਸਟੇਟਮੈਂਟ ਭੇਜ ਦਿੰਦੇ ਓਵਰ ਡਰਾਉਣ ਵਾਲੀ ਅਗਲੇ ਕਹਿੰਦੇ ਤੁਹਾਡੇ ਆਪਣੇ ਦਾਲ ਪਾਣੀ ਦਾ ਤਾਂ ਚੱਲਦਾ ਨਹੀਂ ਕੰਮ ਤੁਸੀਂ ਖਰਚਾ ਕਿੱਦਾਂ ਕਰ ਦੂੰਗੇ 2-3 ਹਜ਼ਾਰ ਪਾਉਣ ਦੈਟਸ ਅ ਕਾਮਨ ਮਿਸਟੇਕ ਦੈਟ ਦ ਯੂ ਕੇ ਪੀਪਲ ਮੇਕ ਜਾਂ ਸਟੇਟਮੈਂਟ ਭੇਜਤੀ 56 ਪੈਨੀਆਂ ਉਹਦੇ 56 ਪੈਨੀਆਂ ਨਾ ਕੀ ਕਰੋ ਲੋਲੀਪੋਪ ਵੀ ਨਹੀਂ ਆਉਂਦਾ ਅੱਜ ਕੱਲ੍ਹ 56 ਪੈਨੀਆਂ ਨਾ ਤਾਂ ਕੀ ਕਰਾਂਗੇ ਕੋਈ ਵੀ ਨਹੀਂ ਕੋਈ ਅਗਲਾ ਵੀ ਨਹੀਂ ਤੁਹਾਨੂੰ ਸਾਈਕਲ 'ਤੇ ਬਿਠਾਉਂਦਾ ਆਪਣੇ 'ਤੇ 56 ਪੈਨੀਆਂ ਲਈ ਸੋ ਉਹ ਆਪ ਭੇਜ ਦਿੰਦੇ ਆ ਸੋ ਜਿਹਨਾਂ ਨੇ UK ਤੋਂ ਪੇਪਰ ਭੇਜਣੇ ਮੇਕ ਸ਼ੋਰ ਦੈਟ ਤੁਸੀਂ ਵੀ ਕੰਮ ਕਰਦੇ ਆ ਤੁਹਾਡੇ ਕੋਲ ਓਬਵੀਅਸਲੀ ਜੇ ਤੁਸੀਂ ਕਹਿਣਾ ਖਰਚਾ ਕਰਨਾ ਤਾਂ ਤੁਹਾਡੇ ਕੋਲ ਬੈਂਕ 'ਚ ਪੈਸੇ ਚਾਹੀਦੇ ਜੇ ਇੰਡੀਆ ਵਾਲਿਆਂ ਤੋਂ ਕਹਾਉਣਾ ਤਾਂ ਖਰਚਾ ਉਹਨਾਂ ਦੇ ਕਹਿੰਦੇ ਕੌਣ ਦੇ ਬੈਂਕ 'ਚ ਪੈਸੇ ਹੋਣ ਉਹ ਵੀ ਇਕੱਠੇ ਨਾ ਜਮ੍ਹਾਂ ਹੋਏ ਹੋਣ ਉਹ ਸਾਰੀਆਂ ਚੀਜ਼ਾਂ ਦੇਖਦੇ ਆ ਕਿ ਤੁਹਾਡੀ ਆਈ ਚਲਾਈ ਹੈਗੀ ਆ ਕੰਸਿਸਟੈਂਸੀ ਹੈਗੀ ਆ ਇਟਸ ਅ ਬਿਟ ਲਾਈਕ ਅਪਲਾਈਂਗ ਫਾਰ ਅ ਮੂਵੀ ਸੋ ਯੂ ਡੂ ਲੋਟ ਯੂ ਮੂਵੀ ਐਡਵਾਈਜ਼ਰਸ ਆਊਟ ਦੇਅਰ ਰਾਈਟ ਸੋ ਇਟਸ ਲਾਈਕ ਸਮਵਨ ਕਮਿੰਗ ਅਪ ਟੂ ਯੂ ਸੇਇੰਗ ਵਾਈ ਯੂ ਮੋਰਗੇਜ ਲੈਣੀ ਹੈ ਬਹੁਤ ਵਧੀਆ ਕੰਮ ਕਰਦਾ ਨਹੀਂ ਜੀ ਇਹ ਬੈਂਕ 'ਚ ਪੈਸੇ ਹੈਗੇ ਨਹੀਂ ਜੀ ਸਰਦਾ ਕਿੱਦਾਂ ਜੀ ਸਰਕਾਰ ਤੋਂ ਪੈਸੇ ਆਉਂਦੇ ਜਾਂ ਬਾਹਰੋਂ ਪੈਸੇ ਆਉਂਦੇ ਆ ਅਤੇ ਕੋਈ ਹਿਸਟਰੀ ਹੈਗੀ ਕੰਮ ਕਰਨ ਦੀ ਨਹੀਂ ਜੀ ਕੀ ਕਰਦੇ ਹਾਂ ਵਿਹਲੇ ਜੀ ਮੋਰਗੇਜ ਮਿਲ ਜੂ ਤਾਂ ਯੂ ਸਿਗਨੀਫਿਕੈਂਟ ਓ ਯੂ ਹੈਵ ਗਾਟ ਅ ਡਾਕੂਮੈਂਟ ਬਾਈ ਜੀ ਲੈ ਵੀ ਹੈਡ ਡਾਕੂਮੈਂਟਸ ਤੁਹਾਡੇ ਕੋਲ ਕਰਨਾ ਆਉਣਾ ਸੀ ਇਹ ਸਾਰਾ ਕੁਛ ਤੁਸੀਂ ਹੀ ਕਰਨਾ ਉਹ ਇਹ ਮੋਰਗੇਜ ਵਾਲੇ ਵਕੀਲ ਐਡਵਾਈਜ਼ਰ ਆ ਜੀ ਜੋ ਤੁਸੀਂ ਉਹਨਾਂ ਨੂੰ ਹਥਿਆਰ ਦਿੰਦੇ ਉਹਨਾਂ ਨਾਲ ਹੀ ਜਾ ਕੇ ਉਹ ਕੰਮ ਕਰ ਸਕਦੇ ਆ ਜਾਦੂਗਰ ਨਹੀਂ ਹੈਗੇ ਜੀ ਜੇ ਇੱਦਾਂ ਲੱਗਦੇ ਹੋਣ ਵੀਜ਼ੇ ਜੀ ਫਿਰ ਇੱਥੇ ਕਾਹਨੂੰ ਬੈਠਣਾ ਕਿਸੇ ਨੇ ਦਫ਼ਤਰ ਕਿਉਂ ਬੈਠਣਾ ਹੁਣ ਤੱਕ ਤਾਂ ਸਾਰਿਆਂ ਨੇ ਰਿਟਾਇਰ ਹੋਣਾ ਸੀ ਜੀ ਆ ਜੋ ਹੈਗਾ ਆ ਖਿਆਲ ਰੱਖਿਓ ਮੋਸਟ ਕਾਮਨ ਮਿਸਟੇਕ ਇਜ਼ ਪੀਪਲ ਅਪਲਾਈ ਇਨ ਹੇਸਟ ਔਰ ਇਹ ਸਭ ਤੋਂ ਬੜੀ ਗਲਤ ਫਹਿਮੀ ਇਹ ਆਈ ਕਿ ਕੋਈ ਨਾ ਕੋਈ ਦਿਨ ਸੁੱਧ ਚਾਹੀਦਾ ਤਾਂ ਰਾਹਦਾਰੀ ਭੇਜ ਸਕਦੇ ਕਿ ਕੋਈ ਜੀ ਕਿਸੇ ਦਾ ਬਰਥਡੇ ਆ ਕਿ ਕੋਈ ਕਿਸੇ ਦਾ ਜੀ ਦੂਆ ਹੈਗਾ ਆ ਖੰਡ ਪਾਠ ਆ ਤਾਂ ਜਾ ਸਕਦੇ ਕਿਸੇ ਦਾ ਵਿਆਹ ਆ ਜੇ ਆਹੀ ਦਿਨ ਸੁੱਧ 'ਤੇ ਜਾ ਹੋਵੇ ਫਿਰ ਤਾਂ ਲੋਕ ਖੰਡ ਪਾਠ ਹੀ ਰਖਾਈ ਜਾਣ ਸਾਰੀ ਦਿਹਾੜੀ ਵਿਆਹ ਹੀ ਹੋਈ ਜਾਣ ਰੋਜ਼ ਤਾਂ ਬਰਥਡੇ ਹੀ ਨਾ ਮੁੱਕਣ 99% ਜੋ ਵਿਜ਼ਟਰ UK ਨੂੰ ਆਉਂਦੇ ਆ ਕੋਈ ਦਿਨ ਸੁੱਧ ਲਈ ਆਉਣ ਨਹੀਂ ਆਉਂਦੇ ਕੋਈ ਦਿਨ ਸੁੱਧ ਦੀ ਲੋੜ ਨਹੀਂ ਹੁੰਦੀ ਜੀ ਹੈ ਨਾ ਹੁਣ ਇੰਨੇ ਬਾਕੀ ਲੋਕ ਆਉਂਦੇ ਆ ਅਫਰੀਕਾ ਤੋਂ ਸਾਊਥ ਅਮਰੀਕਾ ਤੋਂ ਚਾਈਨਾ ਤੋਂ ਉਹ ਸਾਰੇ ਕਈ ਖੰਡ ਪਾਠਾਂ ਨੂੰ ਆਉਂਦੇ ਆ ਅਤੇ ਕੋਈ ਨਾ ਕੋਈ ਵਿਆਹ 'ਤੇ ਹੀ ਆਉਂਦੇ ਆ ਨਾ ਸਰ ਇਹ ਗਲਤ ਫਹਿਮੀ ਹੈ ਜੀ ਸੋ ਇਸ ਚੀਜ਼ ਕਾਹਲੀ ਨਾ ਪਾਓ ਕਈ ਬਰਥਡੇ 4 ਹਫ਼ਤਿਆਂ ਵਿੱਚ ਅਸੀਂ ਮਾਉਣਾ 4 ਹਫ਼ਤਿਆਂ 'ਚ ਅਗਲਿਆਂ ਦੇ ਪੇਪਰ ਨਾ ਸੈੱਟ ਹੋ ਤੁਸੀਂ ਇਹ ਸੋਚੋ ਕਿ ਉਹ ਇੱਕ ਵਾਰੀ ਆ ਜਾਣ ਰਾਹ ਖੁੱਲ੍ਹਾ ਹੋ ਜਾਵੇ ਭਾਵੇਂ 6 ਮਹੀਨੇ ਲੱਗ ਜਾਣ 7 ਮਹੀਨੇ ਲੱਗ ਜਾਣ ਪਰ ਨਾ ਨਾ ਹੋਵੇ ਫਿਰ ਨਾ ਹੋਏ ਤਾਂ ਪ੍ਰੋਬਲਮ ਜ਼ਿਆਦਾ ਖਰਾਬ ਹੁੰਦੀ ਸੋ ਇਹ ਦਿਸ ਇਜ਼ ਅ ਬਿਗ ਬਿਗ ਜੋ ਹੈਗੀ ਆ ਪ੍ਰੋਬਲਮ ਆ ਇਸ ਵੇਲੇ ਜੋ ਲੋਕ ਗਲਤ ਫਹਿਮੀ ਆ ਤੁਹਾਡੀਆਂ ਦੂਰ ਕਰ ਰਹੇ ਸੋ ਇਹ ਆਪਣੇ ਮਨ 'ਚੋਂ ਥੋੜ੍ਹੀ ਕੱਢ ਲਓ ਇੱਕ ਹੋਰ ਅਕਸਰ ਕੁਐਸਚਨ ਆਉਂਦਾ ਹੈ ਜੋ ਮੈਂ ਬ੍ਰੇਕ ਤੋਂ ਬਾਅਦ ਗੱਲ ਕਰੂੰਗਾ ਉਹ ਹੈਗਾ ਜੀ OCI ਦਾ OCI ਹੁਣ ਇਹਦੇ ਵਾਸਤੇ ਵੀ ਵੀਡੀਓ ਬਣਾਉਣੀ ਪੈਣੀ ਹੈ ਜੀ ਕਿਆ ਕਿ ਜੇ OCI ਲੈ ਲਈਏ ਮੈਂ ਕਈ ਵਾਰੀ ਇੱਥੇ ਸ਼ੋਅ 'ਤੇ ਇਸ ਚੀਜ਼ ਦਾ ਜਵਾਬ ਦਿੱਤਾ ਪਰ ਹਜੇ ਵੀ ਲੋਕ ਪੁੱਛਦੇ ਆ ਕਿ ਭਾਈ ਜੇ OCI ਲੈ ਲਈਏ ਤਾਂ ਸੁਣਿਆ ਫਿਰ ਅੰਗਰੇਜ਼ ਸਰਕਾਰ ਤੁਹਾਡੀ ਹੈਲਪ ਨਹੀਂ ਕਰਦੀ ਉੱਥੇ ਪਹਿਲੀ ਤਾਂ ਗੱਲ ਇਹ ਆ ਜੀ ਤੁਸੀਂ ਉੱਥੇ ਸੈਰ ਕਰਨ ਜਾਣਾ ਇੰਡੀਆ ਜਾਂ ਫੀਮ ਵੇਚਣ ਜਾਣੀ ਹੈ ਜਿਹਨੂੰ ਤੁਹਾਨੂੰ ਹੈਲਪ ਦੀ ਪੈਜੂਗੀ ਸਰਕਾਰ ਤੋਂ ਤੁਸੀਂ ਉੱਥੇ ਬੰਦੇ ਮਾਰਨ ਜਾਣਾ ਅਬ ਜੇ ਤੁਹਾਡੇ ਮਨ 'ਚ ਕੋਈ ਪੁੱਠੇ ਕੰਮ ਹੈ ਨਹੀਂ ਤਾਂ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਦੂਜੀ ਗੱਲ ਇਹ ਆ ਕਿ OCI ਜਿਹੜੀ ਆ ਨਾ ਇੱਕ ਫੈਸਿਲਿਟੀ ਆ ਇਹਦੇ ਨਾਲ ਨੈਸ਼ਨੈਲਿਟੀ ਤੁਹਾਡੀ ਇੰਡੀਅਨ ਨਹੀਂ ਹੋ ਜਾਂਦੀ ਨੈਸ਼ਨੈਲਿਟੀ ਤੁਹਾਡੀ ਉਹੀ ਰਹਿੰਦੀ ਹੈ ਫਿਰ ਤੁਸੀਂ ਕਹਿੰਦੇ ਨਹੀਂ ਜੀ ਸਾਡਾ ਫਲਾਨਾ ਤਾਂ ਇਹ ਕਹਿੰਦਾ ਫਲਾਨਾ ਇਹ ਕਹਿੰਦਾ ਜੀ ਫਲਾਨਾ ਕਿਹੜਾ ਕਹਿੰਦਾ ਕੋਈ ਮੰਤਰੀ ਆ ਜੀ ਕੋਈ ਦੱਸ ਦਿਓ ਕੋਈ ਫੋਰਨ ਮਿਨਿਸਟਰੀ ਤੋਂ ਬੰਦਾ ਆ ਜੀ ਜੋ ਕਹਿੰਦਾ ਕੋਈ UK ਦਾ MP ਆ ਜੋ ਕਹਿੰਦਾ ਆ ਉਹੀ ਗੱਲ ਜੇ ਅੰਨੇ ਨੂੰ ਕਾਣਾ ਖਿੱਚੀ ਫਿਰਦਾ ਇੱਦਾਂ ਦੀ ਗੱਲ ਹੈ ਕਾਣੇ ਨੂੰ ਅੰਨਾ ਖਿੱਚੀ ਫਿਰਦਾ ਪਤਾ ਨਹੀਂ ਕੀ ਕਹਾਵਤ ਹੁੰਦੀ ਆ ਪਰ ਇੱਦਾਂ ਦਾ ਮੁਹਾਵਰਾ ਜਾਂਦਾ ਆਹ ਚੀਜ਼ ਬਣਿਆ
ਸੋ ਇਹ ਮੈਂ ਤੁਹਾਨੂੰ ਫੁੱਲ ਸਾਰੀ ਇਨਫੋਰਮੇਸ਼ਨ ਜੋ ਹੈਗੀ ਆ ਦਿਆਂਗਾ, ਪਰ ਪਹਿਲਾਂ ਅਸੀਂ ਚੱਲੀਏ ਬ੍ਰੇਕ ਵੱਲ, ਅਤੇ ਫਿਰ ਤੁਹਾਨੂੰ ਮੈਂ ਦੱਸੂੰਗਾ ਜੀ ਕੌਣ ਕਿਹਨੂੰ ਖਿੱਚਦਾ ਫਿਰਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। It was a game we played for victory, where we struggled, we survived. A community channel that share your views and ideas. And we are MATV. It's your channel of choice. Tired of always running out of data? Don't worry, we've got you covered. With Leica Mobile's UK Plan Ultra, you get a phone-busting 15 gigabytes of data, unlimited UK minutes and texts, and 100 international minutes for just £12 for 30 days. That's a limited-time offer of over 50% off when bought online with a new SIM order. That's big data and big value. Visit leicamobile.co.uk today to see the full offer. Terms and conditions apply. खुशी कब, शुभ अशुभ, वक्त और हालात के साथ बदलते ही रहते हैं। आप देखिए आपकी अपनी किस्मत का हाल, किस्मत कर्मा के साथ आपके अपने चैनल MATV पर। है माता दी बोल पवन बजाना, है माता दी बोल पवन बजाना वाले ओची ती सताने तू नीनु रे अपुदाने तू नीनु रे अपुदाने तू नीनु रे अपुदाने तू मिले हो तुम हमको बड़े नसीबों से, चुराया है मैंने किस्मत की लकीरों से। ओ लड़का हेस्टन हाइड, वेस्ट लंदन के सबसे शानदार होटल्स में से एक, विद 303 एयर कंडीशन रूम्स एंड स्वीट्स, वन ऑफ द लार्जेस्ट बैंक्वेट स्पेसेस इन लंदन, मीटिंग रूम फॉर अप टू 1200 पीपल, कॉन्फ्रेंसेस, म्यूजिकल फंक्शन, वेडिंग्स या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ। हेस्टन हाइड, for bookings call 0208 572 1818. I'm here to save the children in Nepal, and we urgently need your help. With every day that passes, more girls are being trafficked from impoverished villages like this one. Girls like Mina are being lured away from their families by the traffickers. Lots of them are brought to the city where they're sold and forced to work. It's terrifying. Many of these girls are as young as 9 years old. They're just children. One survivor who escaped to safety told me her story. Tita aba maile chai aba eti paisa kamalera ra gharma sahay garchu bhanera ekdam thulo sapna bokera gaeko thiyo ni ta. The traffickers prey on these girls' hopes and dreams. It's disturbingly simple. They just make promises they'll never keep. Maile chai socheko thiyo ke man kire vastu harulai matte becha bhanera, tara manchhele manchhelai pani bechera chai aafu chai ekdam sarthi. This trafficking has to stop. Save the Children are here setting up vital child protection programs to teach girls how to recognize the dangers. But we urgently need your help. There's a number on your screen right now. Please call it and give £2 a month. You could help us reach girls like Mina before the traffickers do and protect them from a life of abuse. With every day that passes, more girls are under threat. Please search Mina online or call 0800 055 7605. Your £2 a month could help stop girls like Mina being trafficked. School jana to ek sapna tha, roz dekhta us khane wali gaadi ko, sabko badhiya khana, khushi hoti thi dekhkar. Phir wo din aaya jab main bhi gaya school,
लगा कि सपने देखने की ताकत मिल गई हो। अरे पेट भरा हो तो पूरा ध्यान पढ़ाई में रहेगा ना। प्रार्थना करता हूँ कि वो खाने वाली गाड़ी हमेशा स्कूल आती रहे। थैंक यू अक्षय पात्र। आइए हाथ बटाइए ताकि भारत में 16 लाख से भी ज्यादा बच्चों को स्कूल में पौष्टिक खाना मिलता रहे। For days, little Usman waited to be fed. His mom did all she could, but there was just not enough food. Weak and exhausted, he waited for someone to take away his aching hunger, for someone to save his life. Usman isn't alone. Right now, many more terribly malnourished children are waiting for help. Sick with hunger, they're waiting for someone to save them. Save the Children know they can't wait much longer, so we're doing all we can. Getting sick, malnourished babies to hospital. Getting them to the doctors who can save their lives. But to survive, these children need you. Please call 0800-038-1435 and give just £2 a month now. You can make sure vulnerable babies get the care they urgently need. You can make sure they get nourishing emergency food. And with regular checkups, you can make sure sick and hungry children don't have to wait to get help. Please don't wait. Call Save the Children on 0800-038-1435 and give just £2 a month. Because right now, hungry children are waiting for someone to save them. Thank you. हजारों लोग हर रोज सुबह से रात तक कभी न कभी एमी टीवी जरूर देखते हैं। They might be your future customers, but you have to tell them about your products and services. Let's grow your business with MATV. Advertise, promote and market your product and services on MATV. Call MATV sales on 07970-337036 or 0208-795-0026. It was a game we played for victory, where we struggled, we survived. A community channel that share your views and ideas. And we are MATV. It's your channel of choice. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਨ ਵੈਲਕਮ ਟੂ ਦਿ ਸ਼ੋਅ ਵੈਲਕਮ ਟੂ ਆਰ ਵਿਊਅਰਸ ਫਰੋਮ ਅਮਰੀਕਾ ਜੋ ਕਿ ਸਾਡੇ ਸਿਸਟਰ ਚੈਨਲ ਸਵਾਗਤ ਤੇ ਦੇਖ ਰਹੇ ਆ ਸਾਨੂੰ ਸਰ ਪ੍ਰੋਗਰਾਮ ਸਾਰਾ ਉੱਥੇ ਜਾ ਰਿਹਾ ਡੈਲਸ ਦੇ ਵਿੱਚ ਜੋ ਹੈਗਾ ਸਰ ਵੈਲਕਮ ਟੂ ਵੈਲਕਮ ਸਾਡੇ ਜਿੰਨੇ ਯੂਟਿਊਬ 'ਤੇ ਹੈਗੇ ਆ ਜੇ ਕਈ ਲੋਕ ਸ਼ੋਅ ਨਹੀਂ ਦੇਖ ਸਕਦੇ ਫਰਾਈਡੇ 7 ਵਜੇ ਜਾਂ ਲੇਟਰ ਆਨ ਦੇਖਦੇ ਆ ਸੋ ਉਹਨਾਂ ਲਈ ਯੂਟਿਊਬ 'ਤੇ ਚਾਹ ਦੇਈਦਾ ਹਰਚਾਪ ਪੰਗਲ ਚੈਨਲ ਹੈ ਯੂਟਿਊਬ 'ਤੇ ਯੂ ਕੈਨ ਵਾਚ ਇਟ ਔਨ ਦੇ ਫੇਸਬੁੱਕ ਪੇਜ 'ਤੇ ਚਾਰ ਨਾ ਹੁੰਦਾ ਮੈਂ ਫੇਸਬੁੱਕ ਪੇਜ ਹੈਗਾ ਲੀਗਲ ਸਲਿਊਸ਼ਨਸ ਐਂਡ ਓਲਸੋ ਦੂਏ ਪੇਜ ਜੋ ਹੈਗਾ ਸਾਡਾ ਹਰਚਾਪ ਪੰਗਲ ਵਾਲਾ ਉੱਥੇ ਚਾੜ ਦੇਈਦੇ ਆ ਸੋ ਤਾਂ ਕਿ ਤੁਸੀਂ ਲੇਟਰ ਔਨ ਇਨ ਦਾ ਵੀਕ ਦੇਖ ਸਕੋ ਆਪਣੇ ਕਨਵੀਨੀਅੰਸ 'ਤੇ ਕਈ ਲੋਕ ਤਾਂ ਫੋਨਾਂ 'ਤੇ ਦੇਖ ਲੈਂਦੇ ਆ ਕਈ ਲੋਕ ਸੁਣ ਲੈਂਦੇ ਆ ਟਰੱਕਾਂ ਟਰੁੱਕਾਂ ਚਲਾਉਂਦੇ 'ਚ ਮੈਸੇਜ ਆਇਆ ਸਟੀਵਨ ਸਿੰਘ ਗਿੱਲ ਤੋਂ ਹਾਏ ਹਰਚਾਪ ਕੈਨ ਯੂ ਵਿਸ਼ ਮਾਈ ਡੈਡ ਅ ਹੈਪੀ 50th ਬਰਥਡੇ ਥੈਂਕ ਯੂ ਫਰੋਮ ਡਰਬੀ ਸਰ ਜੀ ਹਾਂਜੀ ਗਿੱਲ ਸਾਹਿਬ ਫਰੋਮ ਡਰਬੀ ਤੁਹਾਨੂੰ 50ਵਾਂ ਬਰਥਡੇ ਬਹੁਤ ਵਧੀਆ ਤੁਸੀਂ ਹੈਪੀ ਹੋ ਹੈਪੀ ਹੋਵੇ ਐਂਡ ਥੈਂਕ ਯੂ ਸਟੀਵਨ ਫੋਰ ਸੈਂਡਿੰਗ ਦਾ ਮੈਸੇਜ ਇਨ ਰਾਈਟ ਹੁਣ ਮਿੰਟ ਰਹਿ ਗਏ 10 ਮਿੰਟ ਵਾਟ ਵਾਸ ਟਾਕਿੰਗ ਅਬਾਊਟ ਮੈਂ ਗੱਲ ਕਰ ਰਿਹਾ ਸੀ ਓਸੀਆਈਆਂ ਦੀ ਰਾਈਟ ਸੋ ਇਹ ਹੁਣ ਮੈਂ ਤੁਹਾਨੂੰ ਪੰਜਾਬੀ 'ਚ ਸਮਝਾਉਣਾ ਵੈਸੇ ਵੀ ਮੈਂ ਪੰਜਾਬੀ 'ਚ ਹੀ ਸਮਝਾਉਣਾ ਮੈਂ ਕਿਹੜਾ ਫਾਰਸੀ ਬੋਲਦਾ ਰਾਈਟ ਜੇ ਤੁਹਾਡੇ ਕੋਲ ਬ੍ਰਿਟਿਸ਼ ਪਾਸਪੋਰਟ ਆ ਤਾਂ ਤੁਹਾਨੂੰ ਓਸੀਆਈ ਲੈਣਾ ਤੁਹਾਨੂੰ ਤੁਸੀਂ ਇੰਡੀਅਨ ਨਹੀਂ ਬਣ ਜਾਂਦੇ ਤੁਸੀਂ ਬ੍ਰਿਟਿਸ਼ ਹੀ ਰਹਿੰਦੇ ਆ ਤਾਂ ਬ੍ਰਿਟਿਸ਼ ਕੌਂਸਲੇਟ ਨੇ ਆਲਰੇਡੀ ਜੋ ਬ੍ਰਿਟੇਨ ਦੀ ਫੋਰਨ ਆਫਿਸ ਆ ਉਹਨਾਂ ਨੇ ਇਹ ਕਨਫਰਮ ਕੀਤਾ ਆ ਲਿਖਤੀ ਦੇ ਵਿੱਚ ਕਿ ਜੀ ਜੇ ਕੋਈ ਵੀ ਬ੍ਰਿਟਿਸ਼ ਸਿਟੀਜ਼ਨ ਨੂੰ ਸਾਡੀ ਜ਼ਰੂਰਤ ਪਵੇ ਤਾਂ ਅਸੀਂ ਕੋਸ਼ਿਸ਼ ਕਰੂੰਗੇ ਉਹਨਾਂ ਦੀ ਮਦਦ ਕਰਨ ਲਈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਕਿ ਬ੍ਰਿਟਿਸ਼ ਸਿਟੀਜ਼ਨ ਜਾ ਕੇ ਜੀ ਉੱਥੇ ਬੰਦਾ ਮਾਰ ਦਿਉ ਤਾਂ ਬਾਅਦ 'ਚ ਕੋਈ ਮੈਨੂੰ ਬ੍ਰਿਟਿਨ ਵਾਲੇ ਬਚਾਓ ਸਰ ਹੈਲਪ ਦਾ ਮਤਲਬ ਪਤਾ ਕੀ ਹੁੰਦਾ ਹੈਲਪ ਇਹ ਹੋਇਆ ਕਿ ਤੁਹਾਨੂੰ ਉਹ ਵਕੀਲ ਅਰੇਂਜ ਕਰ ਦਿੰਦੇ ਹੁੰਦੇ ਹੈਲਪ ਕਰਨ ਨੂੰ ਮਿਲਾ ਦਿੰਦੇ ਹੁੰਦੇ ਆ ਜਾਂ ਉਹ ਤੁਹਾਨੂੰ ਕੌਂਸਲਰ ਸਪੋਰਟ ਜੋ ਹੈਗੀ ਆ ਕਰ ਲੈਂਦੇ ਹੁੰਦੇ ਜੇ ਤੁਸੀਂ ਕੋਈ ਤਕਲੀਫ 'ਚ ਆ ਤਾਂ ਉਹਦੇ 'ਚ ਛਾਣਬੀਨ ਕਰ ਸਕਦੇ ਆ ਜੇ ਤੁਹਾਡੇ ਨਾਲ ਕੋਈ ਮਾਰ ਨਜਾਇਜ਼ ਮਾਰਕੁੱਟ ਹੁੰਦੀ ਵਗੈਰਾ ਤਾਂ ਉਹਦੇ 'ਚ ਹੈਲਪ ਕਰ ਸਕਦੇ ਇਹਦਾ ਮਤਲਬ ਇਹ ਨਹੀਂ ਕਿ ਬ੍ਰਿਟਿਸ਼ ਗੌਰਮੈਂਟ ਨੇ ਬੋਰਿਸ ਜੌਨਸਨ ਭੇਜ ਦੇਣਾ ਕਿ ਜੀ ਇਹਨੂੰ ਬਚਾ ਕੇ ਲੈ ਕੇ ਆਓ
वो तो वैसे भी किसी ने बेचारी फसी हुआ जो ईरान च हैगी है जर्नलिस्ट ते ओदा हस्बैंड इस हफ्ते भुख हड़ताल ते सी इत्थे यूके च तो उन्हू तो हजे पता नहीं किन्ने साल हो गए किन्ने साल लगने उन्हू कढ़न नू सो इहदे विच जो हैगी उह कई लोग फसे हुए इदां दे केसां दे विच जो कि If you've committed a crime, the British government aren't going to go and pull you out and then say, it's all right, don't worry, you can go in front of a magistrate in the UK. That's not how it works. If you do a crime in that country, you will get tried by the courts of that country. When they say consular assistance, all that means is they phone up, they check on you, you see you're right, you're not being beaten up in jail, you're not being mistreated, but you still have to have your trial there and you still have to pay for what you've done wrong. That's what it means. सो ओ सी आई नाल तुसी इंडियन नहीं बन जाते तुसी ब्रिटिश ही रहने ओ सी आई लेना चाहिए या नहीं 100% यू शुड गेट वन आई हैव गॉट वन माय होल फैमिली हैज गॉट वन यू शुड गेट वन इट्स अ गुड फैसिलिटी एक तो बार बार थानू वीजा नहीं लेना पैंदा दूजी चीज है यू कैन ओपन बैंक अकाउंट्स इन इंडिया यू कैन डू अ बिजनेस इन इंडिया यू कैन ट्रेड इन इंडिया यू कैन कम एंड गो एज यू प्लीज विदाउट हैविंग टू गेट वीजास अगेन इट्स अ ग्रेट और एनी टाइम लिमिट्स इट्स अ ग्रेट फैसिलिटी सो ओदा फायदा तुसी उठाओ एंड इफ नॉट देन अप्लाई फॉर वन बहुत फायदा है हाँ जी लेट्स गो टू कॉलर देख लिए वे कौन है लाइन पे हेलो हेलो जी सत श्री अकाल सत श्री अकाल जी हजापा जी मैं दस्यो दा जेड़ा आजकल स्टूडेंट वीजा आ उदी की रिक्वायरमेंट आ ओदे लई ही हुंदी है कि इत्थे दी यूनिवर्सिटी चो एडमिशन मिले थानू ते फिर उस हिसाब नाल इंग्लिश दा टेस्ट थानू पास करना पैंदा जो यूनिवर्सिटी दे डिफरेंट डिफरेंट गाइडलाइन हुंदे आ ते फिर थोड़े को पैसे होने चाहिए आ खर्चे लई ते फीस लई कि जे आना है कि उन्होंने को पैसे है या नहीं उन्होंने अकाउंट पैसे है या नहीं सो आ चीज़ा देख रहे जी सो कोई ये रूल ज वगैरह इदा नहीं बदले तो कोई लैप्स जहाँ नहीं होया काफ़ी कुछ मिस गाइडेंस दिता जा रहा है ये बारे जी स्टूडेंट तो इस वेले इंग्लैंड ठुकरा रहे हैं जी और सब तो ज़्यादा कैनेडा जा रहे हैं काफ़ी नंबर के जो है स्टूडेंट ज़्यादा उत्थे जा रहे क्यों क्योंकि इतने सैट होने की कोई स्कीम नहीं है स्टूडेंट जिहड़े आउंदे आ सिर्फ विआह नाल सैटिंग हुंदी है जी या आम तौर ते तुसीं देखी जाने कि ज़्यादा तो ज़्यादा कच्चे ही रह के इत्थे रह के ते कईआं नूं उस तों बाद वीज़ा मिलिया कईआं नूं नहीं मिलिया कई इदां ही फिरी जांदे आ ते ओह वी वीज़ा मिलिया न्याणियां दे बेस ते गाहां कोई कच्चिआं नाल विआह कीता किसी ने पक्कीआं नाल विआह कीता इह घसमाणां विच पैणा ही पैंदा जो हैगा पर ओह कोई ज़्यादा जिंदगी नहीं दिल तक तक ही करदा रहिंदा ते बंदा उदां ही बेचारी अद्धी उमर निकल जांदी है स्टूडेंट जे जाना कैनेडा जाओ तुसी एक साल या दो साल पढ़ो उत्थे तो दो या तीन साल का वर्क परमिट मिलता बाद चो तो जिहड़ी कंपनी ले तुसी काम कर सकते हो वह थानूं पक्का करा दिंदी है सो पांच सालों विच बंदा उत्थे पक्का हो सकता है बहुत अच्छी संभावना उत्थे बिना ये चक्करां च पैण नूं ब्याह दे विच ब्याह जिथे मर्जी कराओ है ना मनपसंद विच कानूं फसना फिर यह चीज़ ये है कि उत्थे ज़्यादा नंबर जा रहा ईवन ऑस्ट्रेलिया भी ज़्यादा इन्ने नहीं जा रहे जिन्हें कैनेडा जा रहे हैं इस वे कैनेडा की इमीग्रेसन काफ़ी रिलैक्सड हुई वा लिबरल गवर्नमेंट के नाल तो उत्थे ज़्यादा तो ज़्यादा नंबर लोग जा रहे हैं तो सी कैनेडा इज़ अ गुड ऑप्शन एंड टू बी ऑनेस्ट है भी अच्छा कि तुम पढ़ाई से पैसे लाने हैं तो तुम पैसे तो वापस बना चाहते हैं हर कोई ना कोई इंसान बनाना चाहता सो जे थोड़े को कम की परमिशन नहीं तो कि बनाओगे पैसे उमड़ के सो कैनेडा तुम लीगली जा सकते हो लीगली रह सकते हैं That's what I would say better here. ਮੈਨੂੰ ਕਹਿ ਜੇ ਮੈਨੂੰ ਲਾਲਚ ਹੋਵੇ ਮੈਨੂੰ ਕਹਿਣਾ ਤਾਂ ਚਾਹੀਦਾ ਨਹੀਂ ਇੰਗਲੈਂਡ ਆਓ ਇੰਗਲੈਂਡ ਆਓ ਪਰ ਐਕਚੁਲੀ ਉਹ ਲਾਲਚ ਦੀ ਗੱਲ ਨਹੀਂ ਹੁੰਦੀ ਕਿਉਂਕਿ ਲਾਲਚ ਤਾਂ ਕਦੇ ਮੁੱਕਦੀ ਨਹੀਂ ਇਨਸਾਨ ਦੀ ਮੈਂ ਤਾਂ ਇਹੀ ਆਨਸਰ ਕਰਦਾ ਜੀ ਜੇ ਮੈਂ ਤੁਹਾਡੀ ਜਗ੍ਹਾ ਹੁੰਦਾ ਜਾਂ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਪੁੱਛੇ ਕਿ ਭਾਈ ਮੈਂ ਕੀ ਕਰਾਂ ਉਹ ਕੋਈ ਮੈਂ ਇਹੀ ਦੱਸਾਂ ਕਿ ਵੀ ਕੈਨੇਡਾ ਜਾ ਮੈਨੂੰ ਤਾਂ ਕੋਈ ਰਿਸ਼ਤੇਦਾਰ ਉਹਨਾਂ ਪੁੱਛੇ ਆਮ ਬੰਦਾ ਪੁੱਛੇ ਮੈਂ ਇਹੀ ਕਹੂੰਗਾ ਜੀ ਜਿੱਥੇ ਤੁਸੀਂ ਪੱਕੇ ਹੋ ਸਕਦੇ ਹੋ ਉੱਥੇ ਜਾਓ ਇੰਗਲੈਂਡ ਦੇ ਚੱਕਰਾਂ 'ਚ ਨਾ ਜਾਓ ਇੱਥੇ ਇਹਨਾਂ ਨੇ ਪਹਿਲਾਂ ਜੋ ਸਕੀਮ ਸੀਗੀ ਉਹ ਡਿਫਰੈਂਟ ਸੀ ਇੱਥੇ ਤਾਂ ਇਹੀ ਇਹਨਾਂ ਦੀ ਪੋਲਿਸੀ ਹੈ ਇਸ ਗੌਰਮੈਂਟ ਦੀ ਕਿ ਆਓ ਪੜ੍ਹੋ ਜਾਓ ਸਾਨੂੰ ਪੈਸੇ ਦੇ ਜਾਓ ਜਿੰਨੇ ਹੈਗੇ ਆ 40-50 ਹਜ਼ਾਰ ਪਾਉਂਡ ਬਾਕੀ ਦੇਖੇ ਜਾਵਾਂਗੇ ਬਾਕੀ ਤੁਸੀਂ ਇੰਜੋਏ ਕਰੋ ਆਪਣੇ ਮੁਲਕ 'ਚ ਹੈ
बट कैनेडा ये कहते कि तुम आओ पढ़ो तो तुम काम भी करो बाद थानू काम करन दा मौका भी दोगे पैसे रिकूप करन दा भी मौका दोगे एंड इफ यू गुड इनफ थानू पक्का भी करांगे सो इट्स मच बैटर ऑप्शन कि तुम कैनेडा जाओ रादर देन इंग्लैंड नू जफा पा के जी इंग्लैंड नू जित्ती है बहुत लोग इतने कच्चे रह रहे हैं जी 1.5 मिलियन लोग इतने कच्चा रह रहे हैं सारे ही सोचते कि असं इंग्लैंड जफा पा लेना इंग्लैंड जित लेना इंग्लैंड इन्हों जितया पाया ना विआह होए जी ना कोई सैटिंग हुई ना पिछे कोठियां पाइया जे जो पिछे भेजा वह खा गए घर आए वो तो खा पी के टकार मार गए इतने ना कोई फ्यूचर आ ना वास्ता उम्र हो गई जी 30-35 40-40 साल के 35 साल आए तो बहुत है जिन्हों के विआह नहीं हुए कदों जाके पक्के हो गए कदों विआह होगा कदों न्याणे हो गए ये कोई है ही नहीं पैसे कमाओ कोई छड़ के किनू जाने देने किनू न्याणा ही नहीं होया साढ़े 50 सालों बाद उदा ही जवाब जहा हो जाता फिर न्याणे की तो उन्होंने फायदा भी की होया फिर सो अपनी लाइफ प्लैन करो कितने जाओ वैसे तो इंडिया के लोग बहुत ज़्यादा सियाने हो गए इंटरनेट के एडवेंट ना वगैरह काफ़ी अच्छा पढ़ रहे हैं काफ़ी रूल्स देख रहे आने तो पहला और आम तौर तो पुछो तुम उत्थे कि जी इंग्लैंड जाना इंग्लैंड वाल तो लोग बड़े थुकते नहीं हूँ कहते नहीं असं कैनेडा जाऊँगे जरा माड़ा मोटा पढ़िया लिखा वो समझता है इस गल तो बिना सोचे उ जी अनपढ़ जनता अनपढ़ जिन्हों की सोच बहुत छोटी है कि एक पैर मैं पाल वहाँ बाकी भावें इटली रह जाए मेरा एक पैर पै जाए जरा ज़्यादा अपनी लाइफ प्लैन करता जी मैं थोड़ा ज़्यादा उदाहरण देना जो स्टूडेंट आए थे ना 2009-2010 इतने इंग्लैंड च जेरे से ठीक है देसी महकमा जिन्होंने सदते हैं वह तो करके ओवरस्टे जेरे स्मार्ट से ना सच्ची पढ़न आए थे उन्होंने दसिया कि देखो इतने तो कुछ बनता दीदा नहीं वो जी वापस जाके आस्ट्रेलिया निकल गए वो 3-4 सालों आस्ट्रेलिया हो गए पक्के उन्होंने नाल इतने कच्चे भी नहीं आते इंग्लैंड सो उन्होंने पक्के होके वाइफा भी मंगा लिया न्याणे भी कर ले सारा कुछ टाइम सिर हो गया जेडे लोग कहते नहीं असं बहर आए हूँ असं तो इंग्लैंड छड़ना नहीं सा लाश ही जाओ वो जी हम इतने फिरी जाते हैं लाश तो ता जाओ जी पहले मरूंगे इंग्लैंड ने छेती थोड़ी मारना थानू ए नंगा करके रिड़क रिड़क मार आया चीज जी बाकी जो पैसे कमाने से तो किसी देश में भी कमा हो जाते ऑस्ट्रेलिया कमा हो जाते हैं USA कमा हो जाते ईवन दुबई च भी पैसे जो काम करने वाला बंदा वो तो जिते मर्जी पैसे कमा लेंदा सो आ सोच का फर्क है जी लंबी का और छोटी का जो तुम लाइफ प्लैन करनी है ना फिर छोटा ना सोचो तो लाइफ ही तो थोड़े को एक चीज़ है लाइफ है तो सारा कुछ होगा होपफुली नाउ पीपल आर गेटिंग द मैसेज स्लोली एंड द फैक्ट है कि लोग कैनेडा ज़्यादा जा रहे हैं इन ये है कि हाँ कि मैसेज लोगों को पता लग गया हम लोग सियाने हो गए कि जी उत्थे जाइए जिथे असी पक्के हो सकते हैं बिना झमेले तो आ जो हैगी काफ़ी एक बंद एक पास बंदा खुश हों खुश ये हों कि जी के लोगों ने जो बाहर जाना तो इन्नी गलत आ गई कि जी हम सही जाइए तो उत्थे रहिए जिथे असी पक्के हो सकते हैं बिना झमेले किए तो आ चीज़ तरक्की इनू कहते हैं people are finally doing it but badi choti time scale te ho rahi tarakki jani enniyan thokran kha ke dekh ke how generation phir ja ke gal samajh vich aundi so jadon tusi edda ni life plan karni hundi hai ji to phir bada socho ki kise mulk vich hi kachcha rehna mushkil hai it's hard so banda ta chalo ki kar luga attach hi samaan hunda pa ke ek jagah to dooje nath juga je tusi family naal aaye tusi kithe nathoge और जी सा भैन औरतं आ मैं तो सरप्राइज आ कई कलिया रहनिया तो कि रह रही इतने उन्होंने आमदनी कितों आँगी काम की परमिशन है नहीं की हो रहा की नहीं ये तो हम रबे ही जाने जी बट फिर इदा दटोरिया फिर आनिया ही हैं जी आम तौर पर और घर वाले ये भी नहीं पुछते हाल चाल उ कहें धीए जिन्ने है पैसे कमाई जा जिदा हों पक्की हो जा जो मर्जी विह कर ला सो ये तो चलो जिगरे वाले हो गए सब तो इदा कह नहीं होंगे ना कर होंगे ना किसी ने सलाह दे होंगी कि तुम इदा करो तो इतने पक्के होने लिए बहुत पापड़ बेलने पैदे आ हर एक किसी कच्चे बंदे की स्टोरी फुरलोंगे और चो एक एक हैरी पॉटर निकलना हाँ जी चलो तुम देखो हम हैरी पॉटर वीकेंड से मैं भी फिर थोड़ा मिलता है नैक्सट वीक तो फिलहाल साढ़े लिए इन्ना कुछ
I'll see you probably Monday or Friday. Mere vallon thonu saryan nu sat sri akal. It was a game we played for victory, where we struggled, we survived. A community channel that share your views and ideas. And we are MATV. It's your channel of choice.